तलाशी लै लै के सारे कढ़ दिता। तिना कबीलों के दुनिया खलो गई, काबला तो बहुत व्डा से, तिना कबीलों जिस वे खलो गई तो उन्होंने जनाब ये मगरों गंज मशीन बीड़ दी। अच्छा, तड़ 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 और दुनिया एकदम जिमें फसल लंबी पै जाती ना सड़क के उत्ते उत्ते, जो डंगर जो बंदा कि जरा वीरा वो सारे का सारा आई जिमें हवा ना फसल लंबी पै जाती ना। इस उत्थे साड़ा बाप मर गया, उत्थे साड़ा चाचा सी वो भी उत्थे मर गया। अच्छा, ते असी तो कमादा च वड़ गए ना, ते उत्थे साड़ी जिहड़ी भैण सी वो जिहड़ी उहनूं फड़ के लिया गए सिख, ते मैं उहनूं उहदे गल पै गया। मैं कहा ताई मैनूं वी नाल लै जा, ओए होए ओहदे मैं लत्तां नूं चंबड़ गया ओ मैनूं उत्थे नाल लै गई। ते अगे एडा एडा बाजरा जहाँ से उहदे विच लम्मे पै गए जा के, ते जिहड़े घुंगरू छणकण डह पए ते असीं उह वी बाजरे दे विच उठ गए, ते असीं वी छड़क नूं चले गए। छड़कते गए जो फिर तो छड़के पै के, तो असं उदा ही तुरे तुरे जाते अगे गए। तो एक जड़ी जटी जू मैं फड़िया से ना, वो बंदा छिड़कते तुरै जाए, कदे डिग पवे कदे कोई एक रजाई उन्हें रखी मोड़े, बेचारे कदे डिग पवे कदे बेचारा। ਸਾਡੇ ਜੀ ਬਚੇ ਖਿੱਚੇ ਨੰਗੇ ਸੀ ਪਾਰ, ਉਹ ਉੱਥੇ ਬੈਠੇ ਇੱਕ ਦੋ ਨੂੰ ਫੜ ਕੇ ਉੱਥੇ ਰੋਡ ਪਿੱਟਣ ਲੈ ਪਏ। ਉੱਥੇ ਰੋ ਪਿੱਟ ਕੇ ਤੇ ਜਿਹੜੇ ਫਿਰ ਸਾਡੇ ਪਿੰਡ ਦੇ ਵਾਕ ਬੰਦੇ ਸੀ ਨਾ ਪਾਰ ਨੰਗੇ, ਪਾਰ ਨੰਗੇ ਉਹਨਾਂ ਨੇ ਸਾਨੂੰ ਕੋਈ ਦੋ ਚਾਰ ਭਾਂਡੇ ਦਿੱਤੇ, ਕੋਈ ਆਟਾ ਦਿੱਤਾ, ਅਤੇ ਉਹ ਬਚ ਬਚਾ ਕੇ ਲੰਘੇ ਉਸੇ ਕਾਬਲੇ 'ਚ। ਉਹ ਸਾਡੇ ਵਾਲਾ ਜਿਹੜਾ ਕਾਬਲਾ ਸੀ ਨਾ, ਦੋ ਤਿੰਨਾਂ ਮੀਲਾਂ ਦੇ ਵਿੱਚ ਉਹ ਉਹਨਾਂ ਨੇ ਤਬਾਹ ਕਰ ਦਿੱਤਾ। ਖੁਸ਼ ਨਹੀਂ ਰਿਹਾ ਬੰਦੇ ਕਾਬਲੇ, ਉਹ ਉਹਨਾਂ ਨੇ ਕੋਈ ਘੱਟ ਹੀ ਉਹਦੇ 'ਚੋਂ ਬਚੇ, ਬਾਕੀ ਮਰ ਗਏ ਡੰਗਰ ਵੀ ਅਤੇ ਬੰਦੇ ਵੀ। ਥੋੜ੍ਹੇ ਮਿਣੀ ਲੱਗਦੀ ਸੀਗੀ, ਉੱਧਰ ਸਾਡੇ ਚਾਚੇ ਦੀਆਂ ਧੀਆਂ ਸੀ, ਉਹ ਚਾਚਾ ਸਾਡਾ ਉੱਥੇ ਹੀ ਮਰ ਗਿਆ, ਸ਼ਹੀਦ ਹੋ ਗਿਆ। ਅਤੇ ਉਹਦੇ ਨਾਲ ਦੋ ਨਿਆਣੇ ਵੀ ਸੀਗੇ, ਇੱਕ ਤਾਂ ਕੁੜੀ ਸੀ ਅੰਨੀ, ਇੱਕ ਮੁੰਡਾ ਇੱਕ ਅੱਖੋਂ ਅੰਨਾ ਸੀਗਾ, ਅਤੇ ਉਹਦੇ ਵੀ ਇੱਥੇ ਤਲਵਾਰ ਵੱਜੀ ਸੀ। ਉਹ ਫਿਰ ਉਹਨਾਂ ਦੇ ਉਹਦੇ ਭਣਵਈਏ ਸੀਗੀਆਂ ਭੈਣਾਂ ਸੀ ਦੋ, ਉਹਨਾਂ ਵਾਲੇ ਉਹਦੀਆਂ। ਉਹ ਫਿਰ ਅਸੀਂ ਉਹਨਾਂ ਦਾ ਤਰਲਾ ਮਾਰਿਆ, ਅਸੀਂ ਆਖਿਆ ਤੁਹਾਡੀ ਮਿਹਰਬਾਨੀ, ਇਹਨਾਂ ਨੂੰ ਤੁਸੀਂ ਸੰਭਾਲੋ, ਅਤੇ ਅਸੀਂ ਜਿੱਥੇ ਕਿਤੇ ਸਾਡੇ ਪੈਰ ਲੱਗੇ ਉੱਥੇ ਉੱਥੇ ਵਸ ਜਾਏ। ਉਹ ਦੋ ਤੋਰਨ ਆਏ ਸੀਗੇ ਆਪਣੇ ਪਿੰਡੋਂ ਮੁਸਲਮਾਨਾਂ ਨੂੰ, ਦੋ ਸਰਦਾਰ, ਹਾਂ, ਉਹ ਤੋਰ ਕੇ ਅਤੇ ਵਾਪਸ ਜਾਣ ਡੇ ਸੀਗੇ। ਅੱਛਾ, ਵਾਪਸ ਜਾਣ ਡੇ ਸੀ ਤੇ ਅੱਗੋਂ ਉਹਨਾਂ ਨੂੰ ਮੁਸਲਮਾਨ ਦਾ ਰਿਬੇਟਰ ਹੀ ਮਿਲਕ ਪਈ। ਅੱਛਾ, ਉਹਨਾਂ ਨੇ ਮਿਲੀ ਅਤੇ ਉਹਨਾਂ ਨੂੰ ਮਾਰ ਦਿੱਤਾ। ਉਹ ਦੋ ਸਰਦਾਰ, ਹਾਂ, ਕਿੱਸਾ ਕਰ। ਉਹ ਜਿਹੜਾ ਸਰਦਾਰ ਸੀ ਨਾ, ਉਹ ਫੌਜ ਵਿੱਚ ਸੀਗਾ। ਅੱਛਾ, ਉਹ ਫੌਜ ਵਿੱਚ ਸੀ ਤੇ ਉਹਦੇ ਦਿਲ ਦੇ ਵਿੱਚ ਸ਼ੁਭਾ ਹੋਇਆ, ਇਹਨਾਂ ਨੇ ਮਰਵਾਏ, ਇਹਨਾਂ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ। ਹਾਂ, ਅਤੇ ਉਹਨਾਂ ਨੂੰ ਇਹ ਸ਼ੱਕ ਪਿਆ ਵੀ ਇਹਨਾਂ ਨੇ ਉਹ ਤੋਰਨ ਆਏ ਸੀ ਅਤੇ ਇਹਨਾਂ ਨੇ ਮਰਵਾਏ। ਤੁਸੀਂ ਇੱਕ ਬਹੁਤ ਔਖਾ ਵੇਲਾ ਵੇਖਿਆ। ਬੜਾ ਔਖਾ ਵੇਲਾ ਜੀ, ਅਸੀਂ ਤਾਂ ਉਹ ਜਦੋਂ ਯਾਦ ਆ ਜਾਂਦਾ ਨਾ, ਉਹ ਮੌਕਾ ਜਦੋਂ ਯਾਦ ਆ ਜਾਂਦਾ, ਐਂ ਲੋਕ ਖੜੀ ਹੋ ਜਾਂਦੇ। ਹੋਏ ਹੋਏ, ਉਹ ਪਿਛੜਾ ਐਂ ਨਹੀਂ ਹੁੰਦਾ ਸਾਡੇ ਨਾਲ ਜਿਵੇਂ ਨਾ ਕਿਆਮਤ ਹੋ। ਕਿਆਮਤ ਹੋਈ, ਵਾਕਈ ਉਹ ਕਿਆਮਤ ਦਾ ਹੀ ਮੰਜ਼ਰ ਆਉਣਾ। ਬਿਲਕੁਲ ਕਿਆਮਤ ਹੈ, ਬਰਸੀਆਂ, ਕੁਹਾੜੀਆਂ, ਤਲਵਾਰਾਂ, ਫਿਰ ਆਹ ਜਿਹੜਾ ਈਟਾਂ ਜਿਹੜੀਆਂ ਲੁੱਟੀਆਂ ਗਈਆਂ ਉੱਥੇ, ਉਹ ਲੈ ਜਾ। ਵੰਡ ਨੇ ਫਿਰ ਤੁਹਾਡੇ ਬਾਪ, ਤੁਹਾਡਾ ਚਾਚਾ, ਤੁਹਾਡੀਆਂ ਭੈਣਾਂ, ਤੁਹਾਡਾ ਦੇਸ਼ ਤੱਕ ਤੁਹਾਡੇ ਕੋਲ ਖੋਲਿਆ। ਹਾਂ, ਅਤੇ ਵੰਡ ਦਾ ਫਿਰ ਸਾਨੂੰ ਕੀ ਫਾਇਦਾ ਹੋਇਆ? ਕੁਛ ਵੀ ਨਾ, ਸਾਨੂੰ ਕੀ ਫਾਇਦਾ ਹੈ ਉਹਦੇ 'ਚੋਂ, ਕਿਸੇ ਨੂੰ ਗੌਰਮੈਂਟ ਨੂੰ ਕੋਈ ਫਾਇਦਾ। ਅਸੀਂ ਤਾਂ
ਅਸੀਂ ਤੇ ਜਨਾਬ ਅਲੀ ਗੁਰਦੁਆਰੇ ਦੇ ਵਿੱਚ ਮਕਾਨ ਭਰ ਦਿੱਤੇ ਕਣਕ ਢੋ ਕੇ ਸਾਰੀ ਉੱਥੇ ਲਾ ਕੇ ਆ ਗਏ। ਉਹ ਕਈ ਸਾਲ ਅਸੀਂ ਕਾਂਦੇ ਰਹਿੰਦੇ, ਸਾਡੇ ਮੁੱਕਦੇ ਨਹੀਂ ਸੀ। ਅੱਛਾ, ਅਸੀਂ ਤੇ ਕੁਛ ਵੀ ਨਹੀਂ ਉੱਥੋਂ ਲੈ ਕੇ ਨਿਕਲੇ। ਅਸੀਂ ਤੇ ਬਸ ਮਨਾ ਮਾਨ ਉੱਥੇ ਨਿਕਲੇ ਤੇ ਆ ਕੇ ਇਸ ਤਰ੍ਹਾਂ ਤਾਂ ਹੋਏ। ਉਹਦਾ ਲੋਕ ਮੁਹੱਬਤ ਪਿਆਰ ਵੀ ਬੜਾ ਕਰਦੇ ਸੀ। ਸਾਰਾ ਪਿੰਡ ਦੇ ਵਿੱਚ ਸਿੱਖ ਮੁਸਲਮਾਨ ਸਾਰੇ ਸਾਰੇ ਵੀ ਲੱਭਣ ਚੜੇ। ਇਸ ਤਰ੍ਹਾਂ ਪਰਾਤ ਬਣ ਲਈ ਤੇ ਲੱਭ ਰਹੇ ਸੀ ਤੁਹਾਨੂੰ। ਹਾਂ, ਬਸ ਜ਼ਮਾਨਾ ਚੰਗਾ ਸੀਗਾ, ਮਾੜਾ ਨਹੀਂ ਸੀ। ਉਹ ਤਾਂ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦੀ ਕਹਾਣੀ, ਵੰਡ ਦੀ ਕਹਾਣੀ, ਔਰ ਉਸ ਤੋਂ ਬਾਅਦ ਹੋਏ ਉਜਾੜੇ ਦੀ ਕਹਾਣੀ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜੀ 75 ਲੋਕੇ, ਜ਼ਿਲ੍ਹਾ ਲਾਇਲਪੁਰ ਦੇ ਵਿੱਚ, ਗੁਰਿਆਮ ਸਿੰਘ ਵਾਲੇ। ਬਾਬਾ ਜੀ, ਕੀ ਹਾਲ ਨੇ? ਠੀਕ ਹੋ? ਠੀਕ ਨਹੀਂ ਗਾ, ਮੈਂ ਤਾਂ ਹੁਣ ਤੁਰਿਆ ਫਿਰਿਆ ਨਹੀਂ ਜਾਂਦਾ। ਹੁਣ ਉਮਰ ਵੀ ਤਾਂ ਹੋ ਗਈ ਆ। ਬਾਬਾ ਜੀ, ਨਾਂ ਕੀ ਤੁਹਾਡਾ? ਰਫੀਕ। ਮੁਹੰਮਦ ਰਫੀਕ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਨਵੀ ਬਖਸ਼। ਨਵੀ ਬਖਸ਼। ਦਾਦਾ ਜੀ ਦਾ ਨਾਮ ਯਾਦ ਆ? ਨਹੀਂ, ਦਾਦਾ ਜੀ ਦਾ ਨਾਂ ਯਾਦ ਵੀ ਹੋਇਆ ਤੇ ਨਹੀਂ, ਪੂਰਾ ਨਹੀਂ ਆਉਂਦਾ। ਪੂਰਾ ਨਹੀਂ ਦਾਦਾ, ਉਹਦਾ ਤਾਂ ਪਤਾ ਨਹੀਂ। ਨੱਥੂ ਨੱਥੂ ਕਹਿੰਦੇ ਸੀ। ਨੱਥੂ ਨੱਥੂ ਕਹਿੰਦੇ? ਹਾਂ, ਤੇ ਪਤਾ ਨਹੀਂ ਵੀ ਹੁਣ ਮੈਨੂੰ ਪੱਕਾ ਪਤਾ ਨਹੀਂ ਗਾ। ਅੱਛਾ ਅੱਛਾ, ਬਜ਼ੁਰਗੋ, ਤੁਸੀਂ ਇੱਥੋਂ ਦੇ ਵਸੇਂਦੇ ਹੋ ਜਾਂ ਉਧਰੋਂ ਆਏ ਹੋ? ਉਧਰੋਂ ਆਏ ਹਾਂ। ਉਧਰੋਂ ਆਏ ਹੋ? ਹਾਂ। ਅੱਛਾ ਬਜ਼ੁਰਗੋ, ਹੁਣ ਤੁਹਾਡੀ ਉਮਰ ਕਿੰਨੀ ਹੈਗੀ ਹੈ? ਉਮਰ ਮੇਰੀ ਜਨਾਬ 100 ਦੇ ਕਰੀਬ ਆ, ਜਾਂ ਕੋਈ 2-4 ਸਾਲ ਵੱਧ ਹੋ ਜਾਂ ਘੱਟ ਹੋ। 100 ਦੇ ਕਰੀਬ ਹੈ ਤੁਹਾਡੀ ਉਮਰ, ਮਤਲਬ ਕਿ। ਅੱਛਾ ਬਜ਼ੁਰਗੋ, ਜਿਹੜਾ ਇਹ ਪਿੰਡ ਹੈਗਾ, ਇਸ ਪਿੰਡ ਦਾ ਕੀ ਨਾਂ? 75 ਚੱਕ ਲੋਕੇ। 75 ਚੱਕ ਲੋਕੇ। ਵਰਿਆਮ ਸਿੰਘ ਵਾਲੇ। ਵਰਿਆਮ ਸਿੰਘ ਵਾਲਾ। ਅੱਛਾ, ਤੂੰ ਤੇ ਤੁਹਾਡਾ ਉੱਥੇ ਕਿਹੜਾ ਪਿੰਡ ਹੈਗਾ ਸੀ? ਉੱਥੇ ਦੁਨੀਆ ਰਸੰਦਵ। ਦੁਨੀਆ? ਦੁਨੀਆ ਰਸੰਦਵ। ਦੁਨੀਆ ਰਸੰਦਵ। ਹਾਂ, ਉੱਦਾਂ ਰਸੰਦਵਾਂ ਸੰਦਵਾਂ ਹੀ ਕਹਿੰਦੇ ਸੀਗੇ। ਰਸੰਦਵਾਂ ਰਸੰਦਵਾਂ। ਹਾਂ, ਤੇ ਕਾਦੀਆਂ ਤੋਂ, ਕਾਦੀਆਂ ਤੋਂ 3 ਮੀਲ ਪੈਂਡਾ ਇਸ ਬੰਨੇ ਨੂੰ, ਦੱਖਣ ਵਾਲੇ ਬੰਨੇ। ਦੱਖਣ ਵਾਲੇ ਪਾਸੇ, ਠੀਕ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਦੁਨੀਆ ਰਸੰਦਵ, ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਇਹਦੇ ਲਾਗੇ ਲਾਗੇ ਡੱਲਾ ਸੀ ਪਿੰਡ। ਡੱਲਾ। ਇੱਕ ਕੋਟਲਾ ਸੀ ਪਿੰਡ ਛੋਟਾ ਜਿਹਾ। ਕੋਟਲਾ ਹੋ ਗਿਆ ਜੀ। ਇੱਕ ਰਸੂਲਪੁਰਾ ਸੀਗਾ, ਇੱਧਰਲੇ ਬੰਨੇ, ਦੱਖਣ ਵਾਲੇ ਬੰਨੇ ਰਸੂਲਪੁਰ। ਹਾਂ, 5 ਗਰਾਈਆਂ ਇਸ ਤਰ੍ਹਾਂ ਕਰਕੇ। ਅੱਛਾ, ਪਿੰਡ ਹੈਗੇ ਸੀ? ਪਿੰਡ ਹੈਗੇ ਸੀ। ਅਤੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨ ਕੌਮ ਤੋਂ ਇਲਾਵਾ ਸਿੱਖ ਅਤੇ ਹਿੰਦੂ ਵੀ ਵੱਸਦੇ ਸੀ? ਵੱਸਦੇ ਸੀ। ਅੱਛਾ, ਅਤੇ ਸਿੱਖਾਂ ਦੇ ਕਿੰਨੇ ਕੁ ਘਰ ਆਏ ਸੀ ਅਤੇ ਮੁਸਲਮਾਨ ਦੇ ਕਿੰਨੇ ਘਰ ਸੀ? ਮੁਸਲਮਾਨਾਂ ਨਾਲੋਂ ਸਿੱਖਾਂ ਦੇ ਘਰ ਜਿਹੜੇ ਆ ਉਹ ਜ਼ਿਆਦਾ ਸੀਗੇ, ਕਿਉਂਕਿ ਉਹ ਮਾਲਕ ਸੀਗੇ। ਅੱਛਾ, ਅਤੇ ਮੁਸਲਮਾਨ ਜਿਹੜੇ ਸੀਗੇ ਥੋੜ੍ਹੇ ਸੀਗੇ। ਮੁਸਲਮਾਨ ਥੋੜ੍ਹੇ ਇਸ ਤਰ੍ਹਾਂ ਸੀਗੇ ਵੀ ਕੋਈ ਕੋਈ ਕੰਮ ਕਰਦਾ ਸੀ, ਕੋਈ ਕੋਈ ਕਰਦਾ ਸੀ, ਕੋਈ ਕੋਈ ਕਰਦਾ ਸੀ। ਅੱਛਾ, ਸਹੀ ਹੋ ਗਿਆ। ਅੱਛਾ, ਤੁਹਾਡੇ ਪਿੰਡ ਦੇ ਵਿੱਚ 47 ਤੋਂ ਪਹਿਲੇ, ਉਜੜਨ ਤੋਂ ਪਹਿਲੇ ਆਪਸ 'ਚ ਵਸੇਬ ਕਿੱਦਾਂ ਦਾ ਸੀ? ਲੋਕਾਂ ਦੇ ਆਪਸ ਦੇ ਵਿੱਚ ਆਉਣ ਜਾਣ ਹੈ ਸੀਗਾ? ਆਉਣ ਜਾਣ ਇੱਦਾਂ ਸੀ ਵੀ ਜਿਹੜਾ ਕਿਸੇ ਦਾ ਅਸਰ ਸੂਖ ਸੀ ਉਹਦੇ ਨਾਲ, ਉਹ ਅਗਲੇ ਅਸਰ ਸੂਖ ਨਹੀਂ ਵਧਦੇ ਕੋਈ ਐਡਾ, ਮਤਲਬ ਖਾਸ ਨਹੀਂ ਸੀਗਾ ਵੀ ਇਹਨੂੰ ਕੋਈ ਦੁੱਖ ਦਰਦ ਜਾਂ ਕੋਈ ਐਸੇ ਨਹੀਂ। ਆਪਣਾ ਮਿਲਦੇ ਵਰਤਦੇ ਸੀ ਜਿੱਦਾਂ ਭੈਣ ਭਰਾ ਵਰਤਦੇ ਮਿਲਦੇ ਆ, ਮਤਲਬ ਬਿਲਕੁਲ ਇਹ ਬਣ ਸੀ ਸਾਰਾ ਕੁਛ ਆਪਸ 'ਚ ਭਰਾਵਾਂ ਵਾਂਗ ਰਹਿੰਦੇ ਸੀ। ਭਰਾਵਾਂ ਵਾਂਗ ਰਹੇ, ਕੋਈ ਕਿਸੇ ਦੀ ਨਾ ਅਦਾਵਤ ਨਹੀਂ ਸੀ ਹੈਗੀ। ਅੱਛਾ, ਕਿਸੇ ਦਾ ਬੁਰਾ ਨਹੀਂ ਚਾਹੁੰਦਾ ਸੀ? ਹਾਂ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦਾ ਜਿਹੜਾ ਨੰਬਰਦਾਰ ਸੀ, ਨੰਬਰਦਾਰ ਦਾ ਨਾਮ ਯਾਦ? ਨੰਬਰਦਾਰ ਦਾ ਨਾਮ ਮੈਨੂੰ ਪੱਕੀ ਨਹੀਂ ਗੱਲ ਯਾਦ ਕਿ ਸੀਗਾ ਨੰਬਰਦਾਰ ਦਾ। ਅੱਛਾ, ਮੇਰਾ ਨਾਂ ਸਹੀ ਨਹੀਂ ਮੈਨੂੰ ਆਉਂਦਾ। ਅੱਛਾ ਅੱਛਾ, ਹੋਰ ਉਦੋਂ ਮੈਂ ਹੌਲਾ ਸੀਗਾ ਬਿਲਕੁਲ। ਅੱਛਾ ਅੱਛਾ, ਜਿਹੜੇ ਤੁਹਾਡੇ ਆਪਣਾ ਉੱਥੇ ਕੋਈ ਹੋਰ ਜਿਹੜੇ ਸਿੱਖਾਂ ਦੇ ਘਰ ਸੀ ਉਹਨਾਂ ਦੇ ਨਾਮ ਯਾਦ? ਉਹਨਾਂ ਦੇ ਪੁਰਾਣਿਆਂ ਦੇ ਵਿੱਚੋਂ ਕੋਈ ਥੋੜ੍ਹਿਆਂ ਦੇ ਯਾਦ, ਜਿਨ੍ਹਾਂ ਦੇ ਨਾਂ ਯਾਦ ਆ ਦੱਸ। ਹਾਂ, ਅਤੇ ਬਾਕੀ ਫਿਰ ਹੁਣ ਅਸੀਂ ਤਾਂ ਆ ਗਏ ਸਾਂ ਉੱਧਰ। ਹਾਂ, ਜਿਨ੍ਹਾਂ ਦੇ ਯਾਦ ਆ ਉਹ ਤਾਂ ਦੱਸ ਦਿਉ। ਜਿਨ੍ਹਾਂ ਦੇ ਯਾਦ ਆ, ਉਹ ਇੱਕ ਸਾਡੇ ਗੁਆਂਢ ਹੁੰਦਾ ਸੀਗਾ, ਉਹਦਾ ਹੁੰਦਾ ਸੀਗਾ ਨਾਂ, ਇਹ ਹੁਣ ਤਾਂ ਮੇਰੇ ਮੂੰਹ 'ਤੇ ਨਹੀਂ ਚੜ੍ਹਦਾ। ਅੱਛਾ, ਕਿਸੇ ਦਾ ਨਾਂ ਭਗਤ ਸਿੰਘ ਸੀਗਾ। ਭਗਤ ਸਿੰਘ। ਕਿਸੇ ਦਾ ਨਾਂ ਭਗਤ,
ਕਿਸੇ ਦਾ ਨਾਂ ਗੰਗਾ ਸਿੰਘ ਗੰਗਾ ਸਿੰਘ ਕਿਸੇ ਦਾ ਨਾਂ ਹੈਗਾ ਸੀਗਾ ਬਹਾਦਰ ਸਿੰਘ ਇਸ ਤਰ੍ਹਾਂ ਸੀਗੇ ਅੱਛਾ 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 ਮਤਲਬ ਆਪਸ 'ਚ ਬਿਲਕੁਲ ਈਦਾਂ 'ਤੇ ਸ਼ਿਵਰਾਤਾਂ 'ਤੇ ਅਤੇ ਇਹ ਵਿਸਾਖੀਆਂ 'ਤੇ ਆਉਣ ਜਾਣ ਹੈ ਸੀ ਬਿਲਕੁਲ ਪਿੰਡ ਦੇ ਵਿੱਚ ਗੁਰਦੁਆਰਾ ਵੀ ਹੈ ਸੀਗਾ ਹੈ ਸੀ ਹੈ ਸੀਗਾ ਹਾਂ ਕਦੀ ਸਰਦਾਰ ਐਵੇਂ ਜਾਂਦੇ ਹੋਏ ਜਾਂ ਖੁਦ ਗਏ ਸੀ ਉੱਥੇ ਕਿ ਜਾਂਦੇ ਕਿ ਗੁਰਦੁਆਰੇ ਮਤਲਬ ਵੇਖਿਆ ਸੀ ਗੁਰਦੁਆਰਾ ਉੱਥੇ ਵੇਖਿਆ ਸੀ ਗੁਰਦੁਆਰਾ ਗੁਰਦੁਆਰੇ 'ਚ ਅਸੀਂ ਛੋਟੇ ਛੋਟੇ ਹੁੰਦੇ ਸੀ ਅੱਛਾ ਅਤੇ ਉੱਥੇ ਅਸੀਂ ਜਿਸ ਵੇਲੇ ਹੁੰਦੀ ਸੀ ਨਾ ਉਹ ਉਹਨਾਂ ਦੀ ਸੰਗਰਾਂਦ ਜਿੱਦਾਂ ਸਾਡਾ ਜਮ੍ਹਾਂ ਹੁੰਦਾ ਹਾਂਜੀ ਹਾਂਜੀ ਇਸ ਤਰ੍ਹਾਂ ਹੁੰਦੀ ਅਤੇ ਉਹ ਫਿਰ ਉਹ ਵੰਡਦੇ ਹੁੰਦੇ ਸੀਗੇ ਚੀਜ਼ਾਂ ਕੋਈ ਨਾ ਕੋਈ ਉਹ ਫਿਰ ਅਸੀਂ ਲੈ ਆਉਂਦੇ ਲੈ ਜਾ ਕੇ ਗੁਰਦੁਆਰੇ ਅੱਛਾ ਉਹ ਬੱਚਿਆਂ ਨੂੰ ਦਿੰਦੇ ਹੁੰਦੇ ਸੀਗੇ ਸਹੀ ਹੋ ਗਿਆ ਮਤਲਬ ਆਪਸ ਦੇ ਵਿੱਚ ਬਹੁਤ ਵਧੀਆ ਤੁਹਾਡਾ ਵਸੇਬ ਬੜਾ ਸਾਡਾ ਵਸੇਬ ਸੀਗਾ ਕੋਈ ਸਾਡੇ ਪਿਓ ਨੂੰ ਲੋਕ ਇਸ ਤਰ੍ਹਾਂ ਮੰਨਦੇ ਸੀਗੇ ਜਿਵੇਂ ਪੀਰਾਂ ਨੂੰ ਮੰਨਦੇ ਆ ਪੀਰਾਂ ਨੂੰ ਮੰਨਦੇ ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀ ਸਾਡੇ ਵਾਲਦ ਸਾਹਿਬ ਰੇੜੂ ਸੀਗਾ ਬਣਿਆ ਉਹ ਹਿੰਦੁਸਤਾਨ ਦੇ ਜ਼ਮਾਨੇ 'ਚ ਉਹ ਰੇੜੂ ਹੁੰਦੇ ਹੀ ਵੱਡਿਆ ਵੱਡਿਆ ਪਈਆਂ ਵਾਲੇ ਉਹ ਹੁੰਦਾ ਸੀ ਅਤੇ ਉਹ ਜਾਂਦਾ ਹੁੰਦਾ ਸੀ ਸ਼ਹਿਰ ਗੁੜ ਸ਼ੱਕਰ ਕੋਈ ਚੀਜ਼ਾਂ ਖਰੀਦ ਕੇ ਲੈ ਜਾਣੀਆਂ ਅਤੇ ਉੱਥੋਂ ਜਿਸ ਵੇਲੇ ਆਉਣਾ ਅਤੇ ਬੁੜੀਆਂ ਨੇ ਆਖਣਾ ਭਾਈ ਆ ਸਾਡੇ ਲਈ ਖਲ ਦੀ ਬੋਰੀ ਲੈ ਆਵੇ ਸਾਡੇ ਲਈ ਆਹ ਲੈ ਆਵੇ ਆਹ ਉਹ ਲੈ ਆਉਣੀਆਂ ਸਾਰਿਆਂ ਦੀਆਂ ਲਿਆ ਕੇ ਅਤੇ ਉੱਥੇ ਰੇੜੂ ਘਲਿਆ ਦੇਣਾ ਅਤੇ ਉਹਨਾਂ ਆਉਣਾ ਅਤੇ ਚੁੱਕ ਕੇ ਲੈ ਜਾਣੀਆਂ ਆਪਣਾ ਆਪਣਾ ਸਮਾਨ ਤੁਹਾਡੀ ਬਰਾਦਰੀ ਕਿਹੜੀ ਹੈ ਸਾਡੀ ਬਰਾਦਰੀ ਸੀਗੀ ਗ੍ਰਿਸ ਤੋਂ ਆਏ ਸੀ ਸਾਡਾ ਇਹ ਕੌਮ ਜਿਹੜੀ ਸੀ ਨਾ ਬਰਾ ਜਿਹੜੀ ਸਾਡੀ ਜਾਤ ਸੀਗੀ ਗ੍ਰਿਸ ਤੋਂ ਆਏ ਗ੍ਰਿਸ ਤੋਂ ਆਏ ਸੀਗੀ ਅਤੇ ਉੱਦਾਂ ਤਾਂ ਆਮ ਸਾਨੂੰ ਲੋਕ ਬੱਟ 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 ਕਸ਼ਮੀਰੀ ਬੱਟ ਕਹਿ ਲਓ ਹਾਂ ਕਸ਼ਮੀਰੀ ਬੱਟ ਅੱਛਾ 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 ਅਤੇ ਬਜ਼ੁਰਗੋ ਤੁਸੀਂ ਦੱਸਿਆ ਕਿ ਸਾਰਾ ਕੁਛ ਪਹਿਲੇ ਠੀਕ ਠਾਕ ਸੀ ਜੀ ਹਾਂ ਫਿਰ ਤੁਸੀਂ ਉੱਥੋਂ ਤੁਹਾਨੂੰ ਪਿੰਡ 'ਚੋਂ ਉਠਾਇਆ ਗਿਆ ਜਾਂ ਉੱਠੇ ਜਾਂ ਕਿਉਂ ਹਾਲਾਤ ਸਾਨੂੰ ਕਿਸੇ ਨੇ ਉਠਾਇਆ ਅਸੀਂ ਆਪੇ ਹੀ ਉੱਠ ਕੇ ਆਏ ਸਾਡਾ ਪਿਓ ਜਿਹੜਾ ਨਾ ਵਪਾਰ ਕਰਦਾ ਸੀਗਾ ਸਹੀ ਕਣਕ ਸਾਡੇ ਘਰ ਕਾਫੀ ਜਮ੍ਹਾਂ ਸੀ ਉਹ ਅਸੀਂ ਆਪਣੇ ਰੇੜੂਆਂ 'ਤੇ ਲੱਦ ਕੇ ਅਤੇ ਗੁਰਦੁਆਰੇ ਦੇ ਵਿੱਚ ਲਾ ਦਿੱਤੀ ਅੱਛਾ ਅਤੇ ਜੇ ਅਸੀਂ ਆ ਗਏ ਤਾਂ ਸਾਨੂੰ ਦੇ ਦਿਓ ਨਾ ਆ ਗਏ ਤਾਂ ਅੱਲਾ ਵਾਸਤੇ ਵੰਡ ਦਿਓ ਵੰਡ ਦਿਓ ਗੁਰਦੁਆਰੇ 'ਚ ਲਾ ਕੇ ਆਏ ਹਾਂ ਅਸੀਂ ਆਪਣੇ ਰੇੜੂਆਂ ਨਾਲ ਢੋ ਕੇ ਗੁਰਦੁਆਰੇ 'ਚ ਲਾ ਆਪਣੀ ਸਾਰੀ ਕਣਕ ਜਿਹੜੀ ਸੀ ਉਹ ਗੁਰਦੁਆਰੇ ਲਾ ਦਿੱਤੀ ਗੁਰਦੁਆਰੇ ਲਾ ਸਹੀ ਹੋ ਗਿਆ ਅਤੇ ਫਿਰ ਉਸ ਤੋਂ ਬਾਅਦ ਪਿੱਛੋਂ ਕੋਈ ਜਥਾ ਆਇਆ ਜਿਹਨਾਂ ਨਾਲ ਤੁਸੀਂ ਉੱਠ ਕੇ ਆਏ ਜਾਂ ਫਿਰ ਆਪ ਪਿੰਡ ਸਾਰਾ ਇਕੱਠਾ ਹੋ ਕੇ ਚੱਲੇ ਜੱਸਾ ਨਹੀਂ ਆਇਆ ਸਾਡੇ ਨਾਲ ਕੋਈ ਅਸੀਂ ਸਾਡੇ ਕੋਲ ਰੇੜੂ ਆਪਣੇ ਸੀਗੇ ਜਿਹਨਾਂ 'ਤੇ ਅਸੀਂ ਮਾਲ ਖਰੀਦ ਕੇ ਲਿਆ ਉਹਨਾਂ ਰੇੜੂਆਂ 'ਤੇ ਅਸੀਂ ਆਪਣਾ ਸਮਾਨ ਲੱਦਿਆ ਸਹੀ ਅਤੇ ਲੱਦ ਕੇ ਅਤੇ ਅਸੀਂ ਬਟਾਲੇ ਆ ਗਏ ਅੱਛਾ ਤੁਸੀਂ ਪਿੰਡ ਤੋਂ ਨਿਕਲਣ ਲੱਗੇ ਸੀ ਜਿਹੜੇ ਉਹ ਸਰਦਾਰ ਸਨ ਉਹ ਉਹਨਾਂ ਨੇ ਤੁਹਾਨੂੰ ਕੁਛ ਮਾੜਾ ਚੰਗਾ ਤਾਂ ਨਹੀਂ ਆਖਿਆ ਨਹੀਂ ਕਿਸੇ ਨੇ ਨਹੀਂ ਕੋਈ ਨਹੀਂ ਆਖਿਆ ਉਹਨਾਂ ਨੇ ਕੋਈ ਮਾੜਾ ਚੰਗਾ ਨਹੀਂ ਆਖਿਆ ਨਾ ਸਾਨੂੰ ਕਿਸੇ ਨੇ ਧੱਕੇ ਨਾ ਕੱਢਿਆ ਅਸੀਂ ਸਗੋਂ ਆਪ ਹੀ ਆਏ ਹਾਂ ਉੱਠ ਕੇ ਆਪਣਾ ਉੱਥੋਂ ਵੀ ਚਲੋ ਕਿਸੇ ਦਾ ਇੱਦਾਂ ਸੁਣ ਸੁਣਾ ਕੇ ਕੋਈ ਆਪਣਾ ਟਿਕਾਣਾ ਕਰ ਲਵਾਂਗੇ ਅਤੇ ਉੱਥੇ ਆ ਕੇ ਅਸੀਂ ਆਪਣਾ ਬਥੇਰਾ ਜ਼ੋਰ ਲਾਇਆ ਵੀ ਕੋਈ ਪੈਸੇ ਪੂਸੇ ਦੇ ਕੇ ਕੋਈ ਗੱਡੀਆਂ ਕਰਾ ਲਈਏ ਜਾਂ ਕੋਈ ਕਰ ਲਈ ਵੀ ਨਹੀਂ ਉਹ ਸਾਡਾ ਪ੍ਰੋਗਰਾਮ ਨਾ ਬਣਿਆ ਕੋਈ ਵੀ ਅੱਛਾ ਅਖੀਰ ਉੱਥੋਂ ਕਾਫਲਾ ਚੱਲਿਆ ਬਟਾਲਿਓ ਅਤੇ ਇੱਥੋਂ ਦੀ ਡੇਰੇ ਬਾਬੇ ਨਾਨਕ ਥਾਣੀ ਆਇਆ ਅੱਛਾ ਡੇਰੇ ਬਾਬੇ ਨਾਨਕ ਥਾਣੀ ਆਇਆ ਅਤੇ ਜਿਸ ਵੇਲੇ ਉਰੇ ਸੂਰਤ ਮੱਲੀ ਕੋਟਲੀ ਦਾ ਛੰਭ ਅਖਵਾਉਂਦਾ ਛੰਭ ਸੀਗਾ ਅਤੇ ਉੱਥੇ ਉਹ ਜਦੋਂ ਬਾਰਿਸ਼ ਹੁੰਦੀ ਅਤੇ ਉੱਥੇ ਪਾਣੀ ਪੂਣੀ ਜਮ੍ਹਾਂ ਹੋ ਜਾਂਦਾ ਅਤੇ ਉਹ ਜਗ੍ਹਾ ਖੁੱਲ੍ਹੀ ਸੀਗੀ ਸਹੀ ਉੱਥੇ ਆ ਕੇ ਰਾਤ ਕਾਫਲਾ ਰਹਿ ਗਿਆ ਅੱਛਾ ਰਾਤ ਰਿਹਾ ਅਤੇ ਰਾਤ ਨੂੰ ਜਿਹੜਾ ਵਾਲੀ ਮਿਲਟਰੀ ਜਿਹੜੀ ਹੈ ਨਾ ਮੁਸਲਮਾਨਾਂ ਦੀ ਸੀ ਸਾਡੇ ਨਾਲ ਅੱਛਾ ਉਹ ਉੱਥੇ ਰਾਤ ਗੱਡੀਆਂ ਭਜਾਈ ਫਿਰਦੀ ਰਹੀ ਕਾਫਲੇ ਦੇ ਆਲੇ ਦੁਆਲੇ ਸਹੀ ਲਾਈਟ ਬੰਬ ਮਾਰ ਮਾਰ ਕੇ ਅਤੇ ਰਾਤ ਉਹਨਾਂ ਬੜੀ ਹਿਫਾਜ਼ਤ ਨਾਲ ਸਾਨੂੰ ਰੱਖਿਆ ਰੱਖਿਆ ਸਵੇਰੇ ਫਿਰ ਰੋਟੀ ਟੋਕ ਖਾਧਾ ਖਾ ਕੇ ਅਤੇ ਉਹਨਾਂ ਨੇ ਤੋਰ ਲਿਆ ਕਾਫਲਾ ਕਾਫਲਾ ਤੋਰ ਲਿਆ ਹਾਂ ਕਾਫਲਾ ਜਿਹੜਾ ਤੋਰਿਆ ਅਤੇ ਅਸੀਂ ਅੱਗੇ ਜਿਹੜਾ ਡੇਰੇ 'ਤੇ ਡੇਰੇ ਆਏ ਨਾ ਉਹ ਪਿੰਡ ਜਿਹੜਾ ਡੇਰਾ ਸੀਗਾ ਜਿੱਥੇ ਅਤੇ ਉੱਥੇ ਬਹੁਤ ਦੁਨੀਆ ਜਮ੍ਹਾਂ ਹੋਈ ਅੱਛਾ ਸਿੱਖ ਅੱਛਾ ਸਿੱਖ ਜਮ੍ਹਾਂ ਹੋਏ ਡੇਰੇ 'ਤੇ ਹਾਂ ਡੇਰੇ ਦੇ ਡੇਰੇ 'ਤੇ ਨਹੀਂ ਉੱਥੇ ਪਿੰਡ ਦੇ ਨਾਲ ਹੀ ਕੈਂਪ ਦੇ ਨਾਲ ਹਾਂ ਤੁਹਾਡਾ ਕੈਂਪ ਉਹਦੇ ਨਾਲ ਉਹਦੀ ਸੜਕ ਲੰਘਦੀ ਸੀਗਾ ਅੱਛਾ ਭੋਲਾ ਵੱਲ ਨੂੰ ਜਾਂਦੇ ਸੀਗੇ ਪਾਕਿਸਤਾਨ ਵੱਲ ਨੂੰ ਅੱਛਾ
वो जनाब उत्थे जिसले असीं आए हैं ते वो दुनिया उत्थे कठी हुई ते इस तरह ही बस उत्थे इस तरह पुलिस आले बैठे सी देसी अच्छा वो तलाशी तलूशी लै लू के ते कोई चीज़ां जिहड़ियां सीगियां वो ओहो जिहे खतरनाक तो नहीं भी बिच किसे दे वो तलाशी तलूशी लै के ते गांह कढ़ी जाण फाटक तो अगे वो सारा काफला उन्होंने छांड छांड के कढ़िया उन्होंने नाल उतों सानू तो यह सबूत होया भी वो किसी ने ऐसा गठजोड़ किया तो उन्होंने अपना वो तकरीबन तिना मीलों के बिच बिच उन्होंने चार्ज लैके तो उन्होंने जनाब अली वो तलाशी लै लै के सारे गांह कढ़ दिता तिना क मीलों के बिच दुनिया खलो गई तो काफला तो बहुत व्डा से तिना क मीलों से जिस वे खलो गई तो उन्होंने जनाब अली मगरों गंज मशीन बीड़ दी अच्छा तड़ 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 और दुनिया एकदम जिमें फसल लंबी पै जाती ना सड़क के उत्ते उत्ते जो डंगर जो बंदा कि जोड़ा वीर वो सारे का सारा आ जाते जिमें हवा ना फसल लंबी पै जाती ना इस लोग लंबे पै इस वो दुनिया हूँ जो मेरे वर्गे छोटे छोटे छह साल के बच्चे से ओ कुड़ियां जवाना बुढ़िया वो भज के कमादा कमूदा ना बड़े जड़े बचे मतलब गोली तो अच्छा। सड़क तो लांबे हो गए ना वो बच गए ना वो फिर छा वड़ गए कमादा च कमादा जड़े बड़े उन्हें गोली गली चला के वो जरा रेहड़ियाँ रूहड़ियाँ तो समान लदे साढ़े रेहड़े के उत्ते सत्त अठ घर का माल सगा जनाब इन्ने रुपये से जरा हिसाब ही नहीं अच्छा ट्रंक के बच्च इन्ने पैसे से कि साढ़े दो भरा व्डे से जड़े ने वो इन करके मसी चुकते सके अच्छा इन्ने से शेर के न सोना 200 रुपका चांदी 10 रुपकी पैसे जड़े इस तरह भजे पान वो 10-10 सिर तो 15-15 सिर इस तरह से इस तरह से वो जनाब हरशा उत्थे दी उत्थे ही रह गई अच्छा खचरा जुत्ता सी रेहड़ी दे विच वो भी मर गया उत्थे ही उत्थे साडा बाप मर गया उत्थे साडा चाचा सी वो भी उत्थे ही मर गया अच्छा ते असीं ते कमादां च वड़ गए ना ते उत्थे साडी जिहड़ी भैण सी वो जिहड़ी उहनूं फड़ के लै गए सिख ते मैं ते ही हौला सीगा दूसरा मेरा भरा सी जिहड़े दो नाल सीगे लंघ गए पार नस के पार लंघ गए असि मैं कमादे सीगा अच्छा कमादे से उतों कमाद दे विचों वो जनाब वो भैन मेरी नूं ही फड़ के लिया गए होर बंदे जिहड़े साढ़े नाल गड्डा सीगे ना उन्हां दे नाल सीगे बंदे उन्हां नूं भी उन्हां ने मार दिता मुंडिया ने जवानों ने जिहड़े जवान मुंडे से अड़ाट सुने बहर सानू जिस वे असी बहर तो अं तो भज के बहर आ गए मैनू तो छोटे न्याण तो आंदे ही नहीं कुछ हुए अच्छा तो वह अगे जे नंघे तो साढ़े पिंड की जट्टी सी मुसलमानी वो जनाब वो तुरी जाए ऐ तो वह कन्ना के डंडिया किसी ने ला लिया तो मैं वो गल पै गया मैं क्या ताई मैनू भी नाल ला चाहिए मैं लत्तों चंबड़ गया वो मैं उत्थे लै गई तो अगे एडा एडा बाजरा जहाँ से उदे विच लम्मे पै गए जाके तो गोली चलती रही गोली चलती रही तो फिर जिस डंगर जिस उन्होंने लुट पुट के ना तो जिस वो बंदे जड़े से ना सारे वो फिर वो जो कुछ जीते जागते ही उन्होंने अपने गड्ढे गुड्ढे जड़े ही ना तोर ले जड़े घुंगरू छिड़कन डह पे तो असं वही बाजरे के उठ गए तो असं भी छिड़क न चले गए छिड़कते गए जिस छिड़के पै गए तो असं उदा ही तुरे तुरे जाते अगे गए तो कुछ वो जड़ी जट्टी नूं मैं फड़िया से ना वो बंदा छिड़कते तुरै जाए कदे डिग पवे कदे कोई एक रजाई उन्हें रखी मोड़े से बेचारे कदे डिग पवे कदे बेचारा तो उन्होंने ताया उन्होंने फड़ लिया उन्होंने भी फड़ के नाल ही तो असं तीन चार जी सके साढ़े
चीज़ वो फड़ के तो असी वो तो रावी तो पार हद तक तो उन्होंने मिलिट्री तो हद तक साड़ी फिर अगों आ जाती उतों नाल ही करके ना एक डेरा जहा से इस तरह करके छोटा जहा कस्बा जहा पिंड हो सगा उ गए तो उत्थे जेडे साडे जी बचे खिचे नंगे से पार वो उत्थे बैठे एक दूसरे फड़ के तो उत्थे रोड पिटन लग पे उत्थे रो पिट के जेडे फिर साडे पिंड दे वाक बंदे सी ना पार नंगे उन्होंने सानू कोई दो चार भांडे दिते दो चार भांडे दिते कोई आटा दिता तो वो बच बचा के नंगे उस काबले साढ़े वाला जो काबला से ना दो तीन मीलों के उन्होंने तबाह कर दिता कुछ भी नहीं रहा पहले वो उन्होंने कोई घट ही वे चो बचे बाकी मर गए डंगर भी तो बंदे भी सारे है तो कुछ वाकया साढ़े ना होया उतों फिर लंघ के पार तो असं अगे धक्के खाते रहे उतों वो गड्डी आई सी उन्होंने आटा उटा भी दिता तो उन्होंने जनाब वो गड्डी जी उधरों लैके आई सी जियां तो इधरों फिर वो गड्डी लै गई लोगों उन्होंने नारोवाल जाके सानू लाया असी रात खाता वेला सगा उ चले गए उत्थे सानू एक साड़ी बड़ साड़ी बरादरी का ही बंदा सगा वो बच बचा के नंगे वो रावी छाल मार के नंघिया पार अच्छा उन्हें सानू देखिया उन्हें पैसे पूसे उत्थे सकाए कुछ सानू उन्होंने उन्हें पैसे दिते सानू थोड़े जे पता नहीं सौ दिता के पंजा दिते किन्ने दिते इस तरह करके इस तरह फिर पाकिस्तान च असीं धक्के खाते रहे कदें उधर चले गए कदें उधर चले गए शायद कोल कोई नहीं सी अगे किहड़ा साडा कोई वाकफ सीगा असी जनाब उतों फिर नारोवालों अगले दिन जो गड्डी आ गड्डी चली लाहौर तो असी वो गड्डी के बच्चे बह गए माल गड्डिया ही सी इन्हों को तो बाकी तो उधर ही रह गई माल गड्डी असी उ लाहौर आ गए लाहौर आ गए तो असी कंप के बच्चे इस तरह बैठे से वो साड़ी कुड़मिनी लगती सी उधर साडे चाचे दियां धीआं सी चाचा साडा उत्थे ही मर गया शहीद हो गया ते उहदे नाल दो न्याणे वी सीगे इक ते कुड़ी सी अन्नी इक मुंडा इक अखों अन्ना सीगा ते उहदे वी इत्थे तलवार वजी सी उह फिर उहनां दे भणवईए सीगियां भैणां सी दो उहनां वाले उहदियां उह फिर असीं उहनां दा तरला मारिया असीं आखिआ तुहाडी मेहरबानी इन्हों तुसी संभालो तो असी जिते कि साढ़े पैर लगे उदा फिर अभी धक्के धुके खाते रहे बथेरा चिर बथेरा चिर कदे कि इधर वो संगले वालों की बंदे एक साढ़े पिंड दे ही सके उन्होंने उत्थे कोई रिश्तेदारी से उन्होंने आख्या भी असी उत्थे जाना वा लायलपुर इत्थे संगले नू छड़क जांदी आ छड़कदे ओह राज सूबा आउंदा ओह सूबे दे उत्ते पिंड वा मैनू उहदा नां भुल गया वा पता नहीं किहड़ा उत्थे असीं जाणा ओह असीं वी भाईआ पुछ पछा के उत्थे चले गए रात नू कोठियां ते सौं रहिणा दिने रोटियां मंग मुंग के खा लैणियां ते बस इसे तरह करदे रहे ਉਹ ਕੁਦਰਤ ਮੌਲਾ ਦੀ ਵੱਲੋਂ ਇੱਕ ਮੁੰਡਾ ਇੱਕ ਸਰ ਮੇਰਾ ਭਾਈ ਵੱਡਾ ਮੇਰੇ ਤੋਂ ਸਾਡੇ ਤੋਂ ਅੱਛਾ ਉਹ ਅਤੇ ਇੱਕ ਮੇਰੇ ਚਾਚੇ ਦਾ ਪੁੱਤ ਉਹ ਦੋ ਜਣੇ ਉੱਥੇ ਰਾਤ ਵਾਹਵਾ ਕੋਈ ਪੈਰ ਕਰ ਰਾਤ ਗਏ ਜਿਸ ਵੇਲੇ ਉਹ ਆਏ ਉੱਥੇ ਉਹਨਾਂ ਨੂੰ ਇੱਦਾਂ ਕਿਤੇ ਦੱਸ ਪਈ ਵੀ ਉਹ ਉੱਥੇ ਮੂੜੀ ਗਏ ਨੇ ਤੋ ਅੱਛਾ ਉਹ ਜਿਸ ਵੇਲੇ ਆਏ ਤੇ ਮੇਰੇ ਗਲੇ ਰੋਏ ਪਿੱਠੇ ਆਪਸ ਦੇ ਵਿੱਚ ਅਤੇ ਉਹ ਫਿਰ वेली रात उ पे रहे लम्बे दिन बंगा वेले उठ के तुर पे उन्होंने इतने छे चक फराले जमीन छे चक फराले जमीन लाट कराई साढ़े पिंड के साई से इतने जड़ा ये नाल गुल्लर पिंड उ इधर आए थे उधरों अच्छा उन्होंने बेचारे जन्ने जो गया उन्होंने कोई शह कोई शह वो तो इन्ना ही मुंडिया
ਨਾਲ ਲੈ ਕੇ ਤੇ ਉਹ ਮਿੱਲਾਂ ਦੇ ਵਿੱਚ ਕਪਾਹ ਵਾਲੇ ਕਾਰਖਾਨੇ 'ਚ ਲਵਾ ਲੂ ਇਹਦਾ ਮਿਹਨਤ ਮਜ਼ਦੂਰੀ ਕਰਦੇ ਰਹੇ ਇਸ ਤਰੀਕੇ ਨਾਲ ਤਾਂ ਭਰਾ ਇੱਧਰ ਉੱਪੜੇ ਅਸੀਂ ਤੇ ਫਿਰ ਇੱਦਾਂ ਹੀ ਧੱਕੇ ਖਾਂਦੇ ਰਹੇ ਉੱਥੇ ਜ਼ਮੀਨ ਅਲਾਟ ਕਰਾਈ ਛੇ ਚੱਕ ਫਰਾਲੇ ਉੱਥੇ ਅਸੀਂ ਰਹੇ ਉੱਥੇ ਅਸੀਂ ਫਸਲ ਫੁਸਲ ਬੀਜੀ ਬੇ ਧੜਕ ਹੋ ਗਏ ਵੀ ਚਲੋ ਉੱਥੇ ਕਣਕ ਬੀਜੀ ਪਤਾ ਨਹੀਂ ਖਰੇ ਕਿੰਨੀਆਂ ਪੈ ਰਹੀਆਂ ਕਮਾਦ ਚਾਰ ਪੈ ਰਹੀਆਂ ਸੀਗੀਆਂ ਜਿਹੜੀਆਂ ਉਹ ਸਿੱਖਾਂ ਦੀਆਂ ਉਹ ਅਸੀਂ ਤਾਂ ਉਹਦੇ ਸਾਡੇ ਕੋਲ ਕਿਹੜਾ ਡੰਗਰ ਸੀ ਵੀ ਦਵਾ ਦਵਾ ਪੀੜ ਉਹ ਅਸੀਂ ਜਿਹੜੇ ਕਣਕ ਕੁਣਕ ਵੇਚ ਕੇ ਹੇਠੇ ਤੇ ਅਸੀਂ ਉਹ ਵੇਚ ਕੇ ਹੇਠੇ ਤੇ ਕਮਾਦ ਪੀੜਨ ਲੱਗੇ ਅਸੀਂ ਜਦੋਂ ਕਮਾਦ ਪੀੜਨ ਲੱਗੇ ਤੇ ਉਹ ਬੰਦੇ ਆ ਗਏ ਜੀ ਬਰਸੀਆਂ ਕੁਹਾੜੀਆਂ ਅਤੇ ਬਦੋਕਾਂ ਇੱਥੇ ਫਿਰ ਦੁਬਾਰਾ ਆਹੋ ਜੀ ਬਰਸੀਆਂ ਕੁਹਾੜੀਆਂ ਬਦੋਕਾਂ ਲੈ ਕੇ ਆ ਗਏ ਉਹਨਾਂ ਕੋਲ ਹਸਲਾ ਵੀ ਪੈਸੇ ਵੀ ਹਰਸ਼ ਹੈ ਅਤੇ ਅਸੀਂ ਉਹ ਮੁੰਡੇ ਸਾਡੇ ਪਠਾਣਾ ਦੇ ਨਾਲ ਕੰਮ ਕਰਨ ਜਾਂਦੇ ਹੁੰਦੇ ਸੀ ਕਿ ਸੇਮ ਦੇ ਉੱਤੇ ਮੁੱਦੇ ਪੁੜਦੇ ਹੁੰਦੇ ਸੀ ਅਤੇ ਉੱਥੇ ਮਿਹਨਤ ਮਜ਼ਦੂਰੀ ਕਰਦੇ ਸੀ ਉਹਨਾਂ ਪਠਾਣਾ ਨੇ ਨਾ ਉਹਨਾਂ ਬੰਦਿਆਂ ਨੂੰ ਮਗਰ ਪੈ ਲੈ ਕੇ ਨਾ ਉਹਨਾਂ ਨੇ ਆਖਿਆ ਦੇਖੋ ਇਹਨਾਂ ਨਾਲ ਜਾਤੀ ਨਾ ਕਰੋ ਮਜਬੂਰ ਹੋ ਕੇ ਆਏ ਆ ਮਜਬੂਰ ਹੋ ਕੇ ਇਹਨਾਂ ਨੂੰ ਕੁਛ ਨਹੀਂ ਤਾਂ ਤੁਸੀਂ ਹੋਰ ਨਹੀਂ ਕੋਈ ਤਾਂ ਇਹਨਾਂ ਦੀ ਜਿਹੜੀ ਆ ਨਾ ਇਹਨਾਂ ਨੇ ਕਣਕ ਬੀਜੀ ਆ ਖੇਚਲ ਵਹਾਈ ਉਹ ਜੇ ਇਹਨਾਂ ਨੂੰ ਕੁਛ ਨਾ ਕੁਛ ਦਿਓ ਉਹਨਾਂ ਕੋਲ ਕੁਛ ਉਹਨਾਂ ਨੇ ਪੈਸੇ ਸਾਨੂੰ ਦਵਾਏ ਪਤਾ ਨਹੀਂ ਕਿੰਨੇ ਦਵਾਏ ਉਹਨੂੰ ਜੀ ਮੈਂ ਤਾਂ ਛੋਟਾ ਹੀ ਸਹੀ ਉਹਨਾਂ ਭੁੱਲ ਗਏ ਸਾਰੀ ਹਾਂ ਅਤੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਧੱਕੇ ਧੁੱਕੇ ਖਾ ਕੇ ਉੱਥੋਂ ਦੇ ਜਾਨ ਛੱਡੀ ਉਹ ਪੈਲੀ ਉਹਨਾਂ ਨੇ ਸੰਭਾਲ ਲਈ ਅਤੇ ਅਸੀਂ ਜਨਾਬ ਉੱਥੋਂ ਉੱਠੇ ਅਤੇ ਫੈਸਲਾਬਾਦ ਚਲੇ ਗਏ ਅਤੇ ਉਹ ਜਿਹੜਾ ਸਾਡੇ ਚਾਚੇ ਦਾ ਪੁੱਤ ਗਿਆ ਉਹ ਉੱਥੇ ਹੀ ਸਾਡੇ ਉਹ ਸਾਈ ਪਿੱਛੋਂ ਦੇ ਵਾਕਫ ਸੀਗੇ ਉਹ ਉੱਥੇ ਬੈਠੇ ਸੀਗੇ ਉਹ ਉੱਥੇ ਹੀ ਕਾਰਖਾਨੇ ਕਪਾਹ ਦੇ ਅਤੇ ਉਹ ਆਉਂਦੇ ਹੁੰਦੇ ਸੀ ਅਤੇ ਸਾਲ ਸੀਜ਼ਨ ਲਾ ਕੇ ਅਤੇ ਕਮਾਈ ਕਰਕੇ ਜਾਂਦੇ ਹੁੰਦੇ ਅੱਛਾ ਉਹ ਉੱਥੇ ਆ ਕੇ ਉੱਥੇ ਉਹਨਾਂ ਕੋਲ ਟਿਕੇ ਰਹੇ ਅੱਛਾ ਉੱਥੇ ਕੰਮ ਕੁੰਮ ਕਰਦੇ ਰਹੇ ਅਤੇ ਅਸੀਂ ਚਲੇ ਗਏ ਫੈਸਲਾਬਾਦ ਉੱਥੇ ਸਾਡੇ ਰਿਸ਼ਤੇਦਾਰ ਸੀ ਉਹਨਾਂ ਨੇ ਸਾਨੂੰ ਸਾਡੇ ਕਣਕ ਜਿਨਸ ਜੁਨਸ ਦਾ ਵਪਾਰ ਕਰਦੇ ਹੁੰਦੇ ਸੀ ਉਹਨੇ ਇਹਨਾਂ ਨੂੰ ਸਾਡੇ ਮੁੰਡਿਆਂ ਨੂੰ ਨਾ ਦੋ ਤਾਂ ਦੁਕਾਨ 'ਤੇ ਲੱਗ ਗਏ ਅਤੇ ਇੱਕ ਜਿਹੜਾ ਸਾਡਾ ਬੰਦਾ ਸੀਗਾ ਨਾ ਉਹ ਅਸੀਂ ਤੈਨੂੰ ਪਤਾ ਵਪਾਰੀ ਸਾਂ ਵਪਾਰ ਤੋਂ ਕਰਦੇ ਉਹਨਾਂ ਨੇ ਸਾਨੂੰ ਪੈਸੇ ਦੇ ਦਿੱਤੇ ਅਤੇ ਬੰਦੇ 5-7 ਰਲਾ ਕੇ ਉਹਨਾਂ ਨੂੰ ਆਖਿਆ ਤੁਸੀਂ ਮਾਲ ਲਿਆ ਕਰੋ ਮਾਲ ਲਿਆ ਉਹ ਫਿਰ ਇਹ ਕੰਮ ਕਰਨ ਡੈ ਪਏ ਹੌਲੀ ਹੌਲੀ ਸਰਕਟ ਆਪਣਾ ਹੌਲੀ ਹੌਲੀ ਕੋਈ ਨਾ ਕੋਈ ਮਜ਼ਦੂਰੀ ਦਾ ਕੰਮ ਚੱਲ ਗਿਆ ਅੱਛਾ ਬਜ਼ੁਰਗੋ ਮੈਂ ਫਿਰ ਤੁਹਾਨੂੰ ਉੱਥੇ ਪਿੰਡ ਲੈ ਕੇ ਜਾ ਰਿਹਾ ਹੈ ਮੈਂ ਫਿਰ ਤੁਹਾਨੂੰ ਉੱਥੇ ਨਾ ਤੁਹਾਡੇ ਪਿੰਡ ਦੇ ਵਿੱਚ ਲੈ ਕੇ ਜਾ ਰਿਹਾ ਕਿੱਥੇ ਕਦੋਂ ਜਦੋਂ ਕਦੋਂ ਜਦੋਂ ਤੂੰ ਆਖੇਗਾ ਚੱਲ ਜਾਵੇ ਹਿੰਦੁਸਤਾਨ ਹਾਂ ਦਿਲ ਕਰਦਾ ਜਾਣ ਨੂੰ ਦਿਲ ਤਾਂ ਕਰਦਾ ਵਾ ਪਰ ਹੁਣ ਮੈਂ ਬੜਾ ਮਜਬੂਰ ਹਾਂ ਮੇਰੇ ਕੋਲ ਤਾਂ ਤੁਰਿਆ ਉੱਥੋਂ ਤੱਕ ਨਹੀਂ ਜਾਂਦਾ ਖਿਆਲਾਂ ਦੇ ਵਿੱਚ ਉਹ ਪਿੰਡ ਪਹੁੰਚ ਜਾਂਦਾ ਕਦੀ ਅੱਖਾਂ ਮੂਹਰੇ ਉਹ ਗਲੀਆਂ ਮੁਹੱਲੇ ਉਹ ਗੁਰਦੁਆਰਾ ਆ ਜੋ ਪਹੁੰਚ ਤਾਂ ਜਾਂਦਾ ਵਾ ਪਰ ਹੁਣ ਉੱਧਰ ਨੂੰ ਸਾਡਾ ਵਾਹ ਹੀ ਕੋਈ ਨਹੀਂ ਜਾਣ ਦੇ ਉਹ ਮਿੱਟੀ ਤਾਂ ਹੈਗੀ ਨਾ ਉਹਦੇ ਨਾਲ ਪਿਆਰ ਤਾਂ ਹੈਗਾ ਨਾ ਪਿਆਰ ਤਾਂ ਹੈਗਾ ਸੀ ਸਾਡਾ ਅੱਜ ਤੋਂ 100 ਸਾਲ ਪਹਿਲੇ ਉਹ ਹੁਣ ਸਾਡੇ ਜਿਹੜੇ ਆ ਨਾ ਤਾਂ ਉਹ ਹੀ ਬੰਦੇ ਵਾਕਫ ਆ ਅਤੇ ਵਾਕਫ ਹੋ ਜਾਣ ਨਾ ਹੁਣ ਪਿਛਲਾ ਜਿਹੜਾ ਪੋਸ਼ ਆ ਉਹਨਾਂ ਦੇ ਅਸੀਂ ਵਾਕਫ ਆ ਅਤੇ ਜਿਹੜੇ ਅੱਗੇ ਆਂਢੀ ਗੁਆਂਢੀ ਸੀ ਅੱਗੇ ਤਾਂ ਉਸੇ ਤਰ੍ਹਾਂ ਹੀ ਜਿੱਦਾਂ ਹੁਣ ਭੈਣ ਭਰਾ ਉਹ ਦੇਸ਼ ਤੇ ਤੁਹਾਡਾ ਸੀ ਨਾ ਵਤਨ ਤੇ ਤੁਹਾਡਾ ਸੀ ਨਾ ਜੀ ਠੀਕ ਹੈ ਉਹ ਅਸਲ ਤੇ ਤੁਹਾਡਾ ਸੀ ਨਾ ਤੁਸੀਂ ਪਤਨੀ ਬਾਬੇ ਆਦਮ ਦੇ ਵੇਲੇ ਦੇ ਬੈਠੇ ਸੀ ਬੜਾ ਕਿ ਅਸਲ ਤਾਂ ਇਸ ਤਰ੍ਹਾਂ ਹੀ ਸੀਗਾ ਕਿ ਜਿਵੇਂ ਸਾਰੇ ਜੀ ਇਕੱਠੇ ਹੀ ਵੱਸਦੇ ਸਾਂ ਇੱਕ ਦੂਜੇ ਦੇ ਨਾਲ ਮੂੰਹ ਪਿਆਰ ਸੀਗਾ ਸਾਰੇ ਸਾਡੇ ਗੁਆਂਢੀ ਜਿਹੜੇ ਸੀਗੇ ਸਿੱਖ ਉਹਨਾਂ ਦੀਆਂ ਸਾਡੇ ਬੰਦੇ ਜਿਹੜੇ ਤਜਾਰਤ ਦਾ ਕੰਮ ਕਰਦੇ ਸੀ ਇਹਨਾਂ ਨੇ ਸ਼ਹਿਰ ਜਾਣਾ ਅਤੇ ਉਹਨਾਂ ਨੇ ਆਖਣਾ ਸਾਡੇ ਪਿਓ ਨੂੰ ਭਾਈਆ ਹੀ ਆਖਦੀਆਂ ਦੀਆਂ ਜੀ ਅੱਛਾ ਉਹਨੇ ਆਖਣਾ ਭਾਈਆ ਮੇਰੇ ਲਈ ਖਲ ਦੀ ਬੋਰੀ ਲੈਵੀਂ ਮੇਰੇ ਲਈ ਆ ਫਲਾਣੀ ਚੀਜ਼ ਲੈਵੀਂ ਮੇਰੇ ਉਹ ਸਾਰਾ ਉਹਨਾਂ ਨੂੰ ਆਪਸ 'ਚ ਇੰਨਾ ਪਿਆਰ ਲਿਆ ਹਾਂ ਅੱਛਾ ਬਜ਼ੁਰਗੋ ਜਦੋਂ ਤੁਸੀਂ ਕੈਂਪ 'ਚ ਬੈਠੇ ਸੀ ਹਾਂ ਜਦੋਂ ਉੱਥੇ ਫਾਇਰ ਚੱਲੇ ਠੀਕ ਹੈ ਕਿਤੇ ਕੈਂਪ 'ਚ ਕੈਂਪ 'ਚ ਹਾਂ ਕੈਂਪ 'ਚ ਕੈਂਪ 'ਚ ਸਾਨੂੰ ਉੱਥੇ ਫਾਇਰਿੰਗ ਨਹੀਂ ਹੋਈ ਅੱਛਾ ਅਸੀਂ ਕੈਂਪ ਦੇ ਵਿੱਚੋਂ ਉੱਦਾਂ ਹੀ ਚੱਲੇ ਆ ਪੈਦਲ ਆਇਆ ਕਾਫਲਾ ਅੱਛਾ ਅਤੇ ਉੱਥੇ ਆ ਕੇ ਜਿੱਥੇ ਉਹ ਰਾਤ ਰਹੇ ਹਾਂ ਹਾਂ ਉੱਥੇ ਰਾਤ ਜਿਸ ਵੇਲੇ ਰਹੇ ਤਾਂ ਰਾਤ ਮਿਲਟਰੀ ਵਾਲੇ ਜਿਹੜੇ ਆ ਮੁਸਲਮਾਨ ਸੀ
ਉਹ ਜਨਾਬ ਲਾਈਟ ਬੰਬ ਮਾਰ ਮਾਰ ਕੇ ਤੇ ਰਾਤ ਦੁਆਲੇ ਗੱਡੀਆਂ ਭਜਾਈ ਫਿਰਦੇ ਰਹੇ, ਬੜੀ ਹਿਫਾਜ਼ਤ ਨਾ ਰੱਖੀ। ਅੱਛਾ, ਉਹਨਾਂ ਨੇ ਕਾਫਲੇ ਵਾਲਿਆਂ ਮਿਲ ਕੇ ਵਿੱਚ ਅਤੇ ਜਨਾਬ ਕੋਈ ਮਿਲਟਰੀ ਵਾਲਿਆਂ ਨੇ ਮਿਲ ਮੁੜ ਕੇ ਅਤੇ ਉਹਨਾਂ ਨੂੰ ਕੋਈ ਰਿਸ਼ਵਤ ਦਿੱਤੀ ਜਾਂ ਕੀ ਕੀਤਾ, ਉਹ ਜਿਹੜਾ ਤਿੰਨਾਂ ਮੀਲਾਂ ਦੇ ਵਿੱਚ ਵਿੱਚ ਕਾਫਲਾ ਸੀ ਨਾ, ਉਹ ਉਹਨਾਂ ਨੇ ਸਾਰਾ ਹੀ ਤਬਾਹ ਕਰ ਦਿੱਤਾ, ਵੱਢ ਦਿੱਤਾ। ਕੋਈ ਉਹ ਕਿਸਮਤ ਨਾ ਉੱਥੋਂ ਬਚ ਕੇ ਨਿਕਲਿਆ, ਨਹੀਂ ਤਾਂ ਉੱਥੋਂ ਨਿਕਲਿਆ ਨਹੀਂ, ਕੁੜੀਆਂ ਕੜੀਆਂ ਖੋ ਕੇ ਲੈ ਗਏ, ਮੁੰਡੇ ਜਵਾਨ ਜਿਹੜੇ ਉਹ ਮਾਰ ਦਿੱਤੇ। ਅੱਛਾ, ਤੁਹਾਡਾ ਇਸ ਕਤਲੋ ਗਾਰਤ ਦੇ ਵਿੱਚ ਤੁਹਾਡਾ ਬਾਪ ਵੀ ਗਿਆ? ਸਾਡਾ ਬਾਪ ਸ਼ਹੀਦ ਹੋ ਗਿਆ ਜੀ। ਸ਼ਹੀਦ ਹੋ ਗਿਆ, ਦਾਦਾ ਵੀ ਗਿਆ ਤੁਹਾਡਾ? ਇੱਕ ਦਾ ਬਾਪ ਸ਼ਹੀਦ ਹੋਇਆ, ਇੱਕ ਸਾਡਾ ਚਾਚਾ ਸੀ, ਚਾਚਾ ਸ਼ਹੀਦ ਹੋ ਗਿਆ। ਇੱਕ ਤੁਹਾਡੀ ਭੈਣ, ਸਾਡੀ ਭੈਣ ਜਿਹੜੀ ਉਹ ਖੋ ਕੇ ਲੈ ਗਏ ਕੇ ਸਾਰਾ ਕੁਛ ਤੁਹਾਡੇ ਅੱਖਾਂ ਦੇ ਸਾਹਮਣੇ ਹੋਇਆ, ਤੁਹਾਡੇ ਚਾਚੇ ਦਾ ਕੀ ਨਾਂ ਸੀ? ਸਾਡੇ ਚਾਚੇ ਦਾ ਨਾਂ ਸੀ ਅਲੀ ਬਖਸ਼। ਅਲੀ ਬਖਸ਼। ਤੁਹਾਡੀ ਭੈਣ ਦਾ ਕੀ ਨਾਂ ਸੀ? ਸਾਡੀ ਭੈਣ ਦਾ ਨਾਂ ਸੀਗਾ, ਮੇਰੇ ਯਾਦ ਵੀ ਨਹੀਂ ਪੱਕਾ ਵੀ ਕੀ ਸੀਗਾ, ਨੈਤਾ ਸੀ ਕਿ ਦੈਤਾ ਸੀ, ਇਹ ਸੀ ਉਹਦਾ ਨਾਂ। ਨੈਤਾ ਤੁਹਾਡੀ ਭੈਣ। ਪਿੰਡ ਕਿਹੜਾ ਸੀ ਤੁਹਾਡਾ? ਪਿੰਡ ਸਾਡਾ ਸੰਧਵਾਂ, ਦੁਨੀਆ ਰਸੰਧਵ। ਦੁਨੀਆ ਰਸੰਧਵ, ਸੰਧਵਾਂ ਉਹਨੂੰ ਕਹਿੰਦੇ ਸੀ। ਹਾਂ ਠੀਕ ਹੈ। ਉਹ ਤੁਹਾਡੀ ਭੈਣ ਸੰਧਵਾਂ ਯਾਦ ਆਈ ਤਾਂ ਉੱਦਾਂ ਦੁਨੀਆ ਰਸੰਧਵ ਸੀ ਲਿਖਤ ਪੜ੍ਹਤੇ ਵਿੱਚ। ਉਹ ਤੁਹਾਡੀ ਭੈਣ ਅੱਜ ਤੱਕ ਤੁਹਾਨੂੰ ਨਹੀਂ ਮਿਲੀ? ਨਹੀਂ ਮਿਲੀ। ਉਹ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੇ ਚਾਚੇ ਨੂੰ ਮਿਲੀ ਨਹੀਂ ਨਾ, ਸਾਨੂੰ ਉਹਦੀ ਕੋਈ ਸੂਹ ਸਲਾਹ ਕੀ ਨਿਕਲੀ ਆ ਵੀ ਹੈਗੀ ਆ ਕਿ ਨਹੀਂ ਹੈਗੀ, ਮਰ ਗਈ ਕਿ ਜਿਉਂਦੀ ਹੈ, ਜਿਉਂਦੀ ਆ ਕੋਈ ਨਹੀਂ, ਇਹ ਪਤਾ ਨਹੀਂ ਲੱਗਾ। ਸਹੀ ਸਹੀ। ਅੱਛਾ, ਵੰਡ ਨੇ ਫਿਰ ਤੁਹਾਡੇ ਬਾਪ, ਤੁਹਾਡਾ ਚਾਚਾ, ਤੁਹਾਡੀਆਂ ਭੈਣਾਂ, ਤੁਹਾਡਾ ਦੇਸ਼ ਤੱਕ ਤੁਹਾਡੇ ਕੋਲ ਖੋ ਲਿਆ, ਅਤੇ ਵੰਡ ਦਾ ਫਿਰ ਸਾਨੂੰ ਕੀ ਫਾਇਦਾ ਹੋਇਆ? ਕੁਛ ਵੀ ਨਾ, ਸਾਨੂੰ ਕੀ ਫਾਇਦਾ ਹੈ ਉਹਦੇ 'ਚੋਂ, ਕਿਸੇ ਨੂੰ ਗੌਰਮੈਂਟ ਨੂੰ ਕੋਈ ਫਾਇਦਾ? ਅਸੀਂ ਤਾਂ ਜਨਾਬ ਵਾਲੀ ਗੁਰਦੁਆਰੇ ਦੇ ਵਿੱਚ ਮਕਾਨ ਭਰ ਦਿੱਤੇ, ਕਣਕ ਧੋ ਕੇ ਸਾਰੀ ਉੱਥੇ ਲਾ ਕੇ ਆ ਗਏ, ਉਹ ਕਈ ਸਾਲ ਅਸੀਂ ਕਾਂਦੇ ਨਹੀਂ ਤੇ ਸਾਡੇ ਮੁੱਕਦੇ ਨਹੀਂ ਸੀ। ਅੱਛਾ, ਅਸੀਂ ਤਾਂ ਕੁਛ ਵੀ ਨਹੀਂ ਉੱਥੋਂ ਲੈ ਕੇ ਨਿਕਲੇ, ਅਸੀਂ ਤਾਂ ਬਸ ਮਨਾ ਮਾਨ ਇੱਥੇ ਨਿਕਲੇ ਅਤੇ ਆ ਕੇ ਪਹਿਲਾਂ ਉੱਥੋਂ ਅਸੀਂ ਜ਼ੋਰ ਲਾ ਰਹੇ ਹਾਂ ਵੀ ਚਲੋ ਕੋਈ ਸਾਨੂੰ ਕੋਈ ਟਰੱਕ ਮਿਲ ਜਾਵੇ, ਕੋਈ ਕਿਰਾਏ ਦੀ ਮਿਲ ਜਾਵੇ ਅਤੇ ਅਸੀਂ ਚਲੀ ਬਹਿ ਕੇ। ਅੱਛਾ ਬਜ਼ੁਰਗੋ, ਜਿਸ ਤਰ੍ਹਾਂ ਪਹਿਲੇ ਤੁਸੀਂ ਦੱਸਿਆ ਕਿ ਸਾਰਾ ਠੀਕ ਠਾਕ ਸੀ, ਫਿਰ ਕਿਉਂ ਇਸ ਤਰ੍ਹਾਂ ਹੋਇਆ? ਉਹ ਦੋ ਤੋਰਨ ਆਏ ਸੀਗੇ ਆਪਣੇ ਪਿੰਡੋਂ ਮੁਸਲਮਾਨਾਂ ਨੂੰ, ਦੋ ਸਰਦਾਰ, ਹਾਂ, ਉਹ ਤੋਰ ਕੇ ਅਤੇ ਵਾਪਸ ਜਾਣ ਡਏ ਸੀਗੇ। ਅੱਛਾ, ਵਾਪਸ ਜਾਣ ਡਏ ਸੀ ਅਤੇ ਅੱਗੋਂ ਉਹਨਾਂ ਨੂੰ ਮੁਸਲਮਾਨ ਦੀ ਮਿਲਟਰੀ ਮਿਲ ਕੇ ਪਈ। ਅੱਛਾ, ਉਹਨਾਂ ਨੇ ਮਿਲੀ ਅਤੇ ਉਹਨਾਂ ਨੇ ਉਹਨਾਂ ਨੂੰ ਮਾਰ ਦਿੱਤਾ। ਉਹ ਦੋ ਸਰਦਾਰ ਕਿੱਸਾ ਕਾਲੀ, ਉਹ ਜਿਹੜਾ ਸਰਦਾਰ ਸੀ ਨਾ ਉਹ ਫੌਜ ਵਿੱਚ ਸੀਗਾ। ਅੱਛਾ, ਉਹ ਫੌਜ ਵਿੱਚ ਸੀ ਅਤੇ ਉਹਦੇ ਦਿਲ ਦੇ ਵਿੱਚ ਸ਼ੁਭਾ ਹੋਇਆ ਵੀ ਇਹਨਾਂ ਨੇ ਮਰਵਾਏ, ਇਹਨਾਂ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ, ਹਾਂ ਇਹਨਾਂ ਨੇ ਸਾਡੇ ਮਰਵਾਏ ਅਤੇ ਸਾਡੇ ਜਿਹੜੇ ਆ ਉਹ ਬਿਲਕੁਲ ਅਸੀਂ ਜਿਹੜੇ ਸੀ ਨਾ ਅਸੀਂ ਉਹਨਾਂ ਨਾਲੋਂ ਕੋਈ ਪਿੰਡੋਂ ਮਹੀਨਾ ਦੋ ਮਹੀਨੇ ਪਹਿਲਾਂ ਨਿਕਲੇ ਹੈ, ਅਸੀਂ ਉਹਨਾਂ ਦੇ ਨਾਲ ਨਹੀਂ ਸੀ। ਸਹੀ, ਉੱਥੇ ਜਿਹੜੇ ਉਹ ਮਗਰੋਂ ਬੰਦੇ ਸਾਡੇ ਪਿੰਡ ਦੇ ਆਏ ਆ ਨਾ, ਉਹ ਬੰਦੇ ਉਹਨਾਂ ਨੂੰ ਤੋਰਨ ਆਏ ਸੀ, ਉਹਨਾਂ ਨੂੰ ਤੋਰਨ ਆਏ, ਹਾਂ, ਅਤੇ ਉਹਨਾਂ ਨੂੰ ਇਹ ਸ਼ੱਕ ਪਿਆ ਵੀ ਇਹਨਾਂ ਨੇ ਉਹ ਤੋਰਨ ਆਏ ਸੀ ਅਤੇ ਇਹਨਾਂ ਨੇ ਮਰਵਾਇਆ। ਉਹ ਜਿਹੜਾ ਫੌਜੀ ਸੀ ਉਹਨਾਂ ਦਾ ਭਰਾ, 6-7 ਭਰਾ, 8-10 ਭਰਾ ਸੀਗੇ ਉਹ ਜਿਹੜੇ ਸੀ ਜੱਟ, ਉਹਨਾਂ ਦੇ ਦਿਲ 'ਚ ਵੀ ਇਹ ਇਹਨਾਂ ਨੂੰ ਤੋਰਨ ਆਇਆ ਅਤੇ ਇਹਨਾਂ ਨੇ ਮਰਵਾਇਆ, ਇਹਨਾਂ ਨੇ ਮਰਵਾਇਆ ਜਿਹਨਾਂ ਨੂੰ ਅਸੀਂ ਭੇਜਿਆ, ਇਹਨਾਂ ਨੇ ਮਾਰਿਆ। ਹੁਣ ਸਾਨੂੰ ਤਾਂ ਇਹ ਹੀ ਹੁੰਦਾ ਵਾ ਸ਼ੱਕ ਵੀ ਉਹਨਾਂ ਨੇ ਮੇਰੇ ਜਿਹੜਾ ਕਾਫਲੇ ਦੇ ਵਿੱਚ ਮੁਸਲਮਾਨਾਂ ਦੀ ਮਿਲਟਰੀ ਜਿਹੜੀ ਆ ਉਹ ਪਿੱਛੇ ਹਟ ਗਈ ਆ ਅਤੇ ਇਹ ਉਹ ਇਹਨਾਂ ਦੇ ਸਿੱਖਾਂ ਦੇ ਕਬਜ਼ੇ ਦੇ ਦਿੱਤੀ ਜਿਹੜੀ ਤਿੰਨਾਂ ਮੀਲਾਂ ਦੇ ਵਿੱਚ। ਸਹੀ ਸਹੀ। ਉਹ ਜਿਹੜੇ ਨਾ ਉਹ ਬੰਦੇ ਜਿਹੜੇ ਨਾ ਕਾਫਲਾ ਸਾਡਾ ਉਹਨਾਂ ਨੇ ਮਰਵਾਇਆ ਸਿੱਖਾਂ ਨੇ, ਨਹੀਂ ਤਾਂ ਅਸੀਂ ਤਾਂ ਅਮਨ ਅਮਾਨ ਆਏ ਹਾਂ ਉੱਥੇ ਰਾਤ ਉਹਨਾਂ ਨੇ ਰੱਖਿਆ ਲਾਈਟ ਬੰਬ ਮਾਰ ਮਾਰ ਕੇ ਅਤੇ ਦੁਆਲੇ ਗੱਡੀਆਂ ਭਜਾਈ ਫਿਰਦੇ ਰਹੇ ਆ, ਉੱਥੇ ਚਿੜੀ ਨਹੀਂ ਫੜਕਣ ਦਿੱਤੀ ਅਤੇ ਇੱਥੋਂ ਸਾਨੂੰ ਇੱਕ ਕਾਰ ਵੀ ਵਿੱਚ ਕਾਫਲੇ ਦੇ ਫਿਰੀ ਹੈ। ਅੱਛਾ, ਹਾਂ, ਸਾਨੂੰ ਤਾਂ ਸ਼ੱਕ ਆ ਵੀ ਉਸ ਮਿਲਟਰੀ ਵਾਲੇ ਬੰਦੇ ਨੇ ਫੌਜੀ ਨੇ ਜਿਹੜਾ ਸੀ ਨਾ ਉਹਨੇ ਇਹ ਹਮਲਾ ਕਰਵਾਇਆ ਸਾਡੇ ਕਾਫਲੇ ਉੱਥੇ ਹੀ ਕਰਵਾਇਆ ਜਿੱਥੇ ਅਸੀਂ ਸੀਗੇ ਜਿਹੜੇ, ਅਤੇ ਉਹ ਦੁਨੀਆ ਉਹ ਸਾਰੀ ਉਹਨਾਂ ਨੇ
सड़क के उत्ते डक डक के डक डक खलो जाओ खलो जाओ खलो जाओ वो खलो गए तो असी उत्थे संघनी जी उन्हें करके तो उन्होंने मगरों गंज मशीन बीड़ी तो तड़ तड़ चल वो बिचे डंगर तो बिचे बंदे सब मिंटा सकिंटा सारी दुनिया कर सब कुछ तबाह करता है जरा को नट भज के कमाडा च लुकया वो जवान जवान मुंडे भी जड़े ही वो भी मारते ते कुड़ियां जड़ियां ही कोल खो के लै गए कुड़ियां भी खो के है मामला जड़ा ना ए होया अच्छा एवें जिवें हुण तुसी बैठे हो एवें वो जड़ी बंदूकां दी फायरिंग होई उत्थे लोक मारे गए तुहाडे अपने घर वाले मारे गए वो याद आ जांदा ओ जी हुण जिहड़ा कुछ होया साडीआं अक्खां दे सामने वो ते सानूं पता होवे इत्थों इतों जो सानू किसी ने मारना हों तो सानू उ मार दे जिते अं रात रहे अच्छा उत्थे सानू कोई चिड़ी नहीं फटक दिती रात मिलट्री आए मुसलमान से लाइट बंब मार मार के उत्थे मील मील तो लाइटा जाए कीड़ियाँ देखदियाँ ही जो लाइट मारते तो कोई साडा उत्थे चौं चढ़ा नहीं हुए अच्छा अखा मूहरे सारा जो 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 हो अखा मूहरे आ जाता बिल्कुल सारा कुछ साढ़े सामने वो साढ़े सामने होया जिसल उन्होंने उतों आ गए फिर उन्होंने वो तलाशी लैनी शुरू कर दी जोड़े लोगों के कोल वो कपड़ा लीड़ा कोई शह नहीं उन्होंने ली बस इस तरह करके तलाशी ली उन्होंने भी इन्हों को कोई असला या कोई योजी शह हो छांट के उन्होंने तो कढ़ के तिना मीलों के दुनिया खड़ी करके सड़क के उत्ते उत्ते करके तो वो फिर उन्होंने वो भैन यार मगर गंज मशीन बीड़ के तड़ 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 वो बिचे डंगर बिचे बंदे बिचे वो सारे तबाह हो गए जो उत्थे जायदाद से जो पाई पैसा से सारा बिचे रखा से साडा रेहड़ू सगा रेहड़ू के ट्रंक के इस तरह साढ़े वे भरा से जो दोवें वो चुकते थे तो वो रखते वो हर शह उ सर गल के लीड़े भी जोड़े ही ना भी उत्थे ला उत्थे रह गए उ हर शह ही अच्छा बजुर्गो दिल करता पिंड जाने दिल करता पिंड जाने पिंड की करना असा जाके उ सानू की शह वा साड़ी एक पैड़ी सी 12-13 कनाला अच्छा साड़ी पैड़ी और दुआले दुआले ने तूतों की टालिया की लैन लगी सी नालों और कच्चा राह लंघता से पैली दी अच्छा एक लागे छप्पड़ सी और छाव लाड़ से पता नहीं दो कनाला के किन्नी सी वो भी बेच मैं सारिया चीज़ा का याद वो खाता अच्छा, तुहाडे नाल जिहड़े होर बंदे सी तुहाडे पिंड दे उन्होंने और तुहाडे किहड़े किहड़े जी मारे गए उन्होंने भी बिचों बंदे भी मरे डंगर भी मरे मुंडे उन्होंने जड़े ना जवान मुंडे से इन्होंने मुंडिया जड़े वो उत्थे साडे नाल लुके से कमाज वो उत्थे अड़ाट उत्थे उन्होंने सारे तबाह कर दते किहड़े किहड़े जी मारे गए सी एक तुहाडे वालिद साहब एक साडा वालिद एक चाचा साडा चाचा साडा तो एक उक लड़की साड़ी तो पता नहीं हूँ मर गई मगरों के है गई कि एक वो बाकी होर साडा जी करता नहीं कोई भी मरिया होर साढ़े सारे लंघ आए पार ये जड़े जी सके वो दो से उन्होंने रिश्तेदार होर काफ़ी जी उत्थे मरे बंद बंद रहा किन्ना चिर सड़क बंद रही है फिर उन्होंने लांबे धूत आके करके तो फिर सड़क खोल के फिर उन्होंने काफिला चलाया तुसी आए हो जसना दे पुल ते ना डेरे बाबा नानक वाला ते जसना बाबा नानक दे उस पुल तो दी नंगे है उत्थे अद तक सिखा दे खलोते सी ते अदो अगले बने जड़े मुसलमान से उत्थे ओ नाल जड़ा पिंड से उतों असी फिर वो गड्डी आ गई है गड्डी ने फिर वो साढ़े को आटा उटा गुद्धा गद्धा भी रह गया उस तरह ही वो असी कोल ही रख लिया तो फिर गड्डी ते बह गए असी नारोवाल आ के रात रहे नारोवाल उतों एक बंदा छाल मार के रावी चो लंघिया पैसे उन्हें लख ना बने से अच्छा
उन्हें उत्थे आ के सकाए, उन्हें सानू कुछ पैसे दिते, उन्हें वेख्या साडा हालात सारा, उन्हें सानू कुछ पैसे दिते। चलो बुजुर्गो, तुसी एक बहुत औखा वेला वेख्या। बड़ा औखा वेला जी, असीं ते ओह जदों याद आ जांदा ना, ओह मौका जदों याद आ जांदा ना, ऐ लोग खड़ी हो जाए। ओह कुछ ऐं जी हुंदा साडा ना जिवें ना क्यामत हो। क्यामत होई, वाकई ओह क्यामत दा ही मंजर होणा है। बिल्कुल क्यामत है, बच्चियां कुहाड़ियां तलवारां, फिर आ जरा इज्जतां जिहड़ियां लुटियां गईयां उत्थे। चलो बुजुर्गो, तुहाडा बहुत बहुत शुक्रिया, तुहाडी मेहरबानी। लो जी, बुजुर्गां नाल कीती गलबात, बहुत सारे लोग सानू अपने विचार राही मैसेजेस करते रहते हैं, अपनी सोच राही मैसेजेस करते हैं, और वो साड़ियां गल्लां नाल जड़े ने सहमत नहीं होंदे कि इन्हां कहानियां दा इन्हां किस्सियां दा की मतलब है, और अपने अपने देशां दी गल करते हैं। बिल्कुल, अपने देश नाल प्यार होना चाहिए, जरूरी है। मिट्टी नाल प्यार होंदा है, इंसान नू अपने विरसे च मिलता है, लेकिन उस प्यार दा की जो इन्हां बुजुर्गां नू अपने देश दे नाल सी, उहदी भी ते सानू गलबात करनी चाहीदी है। सो इस तरह की गलबात रह के असी उस तरह सीगा जिवें खाब च रहिंदे आ, कोई उत्थे कोई सानू खतरा से कोई गल नहीं सी। तो रात दिन मैनू याद आ, छोटा जिहा ही सी मैं, ते रास होंदी ते न्याणियां दा काम होंदा पट्ठे पुट्ठे लैन जाणा, ते उदों पट्ठे असीं लैंदे, ते पट्ठे वी असीं चोरी नहीं वढे कोई, वो कणक दे विच जवी हुंदी, वो जवी दियां वढ़ वढ़ के असां भंडा बना के ते वो असीं लै के आउंदे। अच्छा, ते वो बंदा इक उहनां दा सिखां दा हैगा सी, उहनें सानूं घेर के ते लै आंदा, उसने आखिया भी कणक वढ़दे ही वो करदे ही, ते कणक कुणक नहीं सी अजी वढ़दे, ते जिहड़ी वो सही उगी हुंदी ना जवी, ਉਹ ਜਨਾਬ ਉੱਥੇ ਆ ਕੇ ਉੱਥੇ ਉਹਨੇ ਸੁੱਟੀ ਲਿਆ ਕੇ, ਅਤੇ ਸਾਡਾ ਵੱਡਾ ਭਾਈ ਸੀ ਉੱਥੇ ਲਿਆ ਕੇ ਉਹਨਾਂ ਨੇ ਸਟਾ ਲਈ, ਉਹਨੇ ਸਾਨੂੰ ਨਾ ਉਹ ਮਾਰੀਆਂ ਇੱਕ ਦੋ ਚਪੇੜਾਂ। ਅੱਛਾ, ਅਤੇ ਅਸੀਂ ਸੁੱਟ ਗਏ ਅਤੇ ਨੱਸ ਗਏ। ਅੱਛਾ, ਨੱਸ ਕੇ ਅਤੇ ਬਾਹਰ ਅਸੀਂ ਕਣਕਾਂ 'ਚ ਲੁੱਕ ਗਏ, ਐਂ ਪਿੰਡ ਦੇ ਨਾਲ ਹੀ ਇਸ ਤਰ੍ਹਾਂ ਚੜ੍ਹਦੇ ਬੰਨੇ ਵਾਲੇ ਕਣਕਾਂ ਸੀਗੀਆਂ ਪਿੰਡ, ਅਤੇ ਉਹ ਕਣਕਾਂ 'ਚ ਅਸੀਂ ਲੁੱਕ ਗਏ। ਹੋ ਗਏ ਅਤੇ ਸਾਡੇ ਨਕਲਾਂ ਜਿਹੜੀਆਂ ਨੇ ਇਹ ਬਹੁਤ ਲੱਗਦੀਆਂ ਸੀ, ਅਸੀਂ ਰਾਤ ਨੂੰ ਉਹ ਨਕਲਾਂ ਲੱਗੀਆਂ, ਅਤੇ ਅਸੀਂ ਆਖਿਆ ਵੀ ਚਲੋ ਅਸੀਂ ਉੱਥੇ ਨਕਲਾਂ ਵੇਖਣ ਚਲੇ ਜਾਵਾਂਗੇ। ਉਹ ਤਾਂ ਨਕਲਾਂ ਤੋਂ ਪਹਿਲਾਂ ਹੀ ਨਾ ਸਾਰੇ ਪਿੰਡ ਦੇ ਲੋਕ ਜਿਹੜੇ ਆ ਨਾ, ਸਾਰੇ ਪਿੰਡ ਦੇ ਵਿੱਚ, ਪਿੰਡ ਵਿੱਚ ਛੋਟਾ ਹੀ ਸੀਗਾ ਬਹੁਤਾ ਵੱਡਾ ਨੇ, ਉਹ ਲੋਕ ਜਿਹੜੇ ਨੇ ਸਾਰੇ ਇਕੱਠੇ ਹੋ ਕੇ ਨਾ, ਅਤੇ ਉਹ ਜਿੱਧਰ ਬੰਨੇ ਵਾਲਾ ਅਸੀਂ ਲੁਕੇ ਸੀ ਨਾ, ਉਹ ਸਾਰੇ ਪਿੰਡ ਦੇ ਲੋਕ ਅਤੇ ਆਪਣੇ ਵੀ ਉਹ ਸਾਰੇ ਜਣੇ ਨੇ ਭਰਾ ਤੋਂ ਬੰਨ ਲਈ, ਅਤੇ ਲੱਭਦੇ ਭੈਣਾਂ ਦੇ ਆਖਣ ਨਾ ਲੈ ਲੈ ਸਾਡਾ ਵੀ ਤੁਸੀਂ ਆ ਜਾਓ, ਅਸੀਂ ਤੁਹਾਨੂੰ ਕੁਛ ਨਹੀਂ, ਅਸੀਂ ਤੁਹਾਨੂੰ ਕੁਛ ਨਹੀਂ ਆਖਦੇ। ਹਾਂ, ਉਹ ਕਰਦਿਆਂ ਜਿਹੜੇ ਅਤੇ ਜਿਸ ਵੇਲੇ ਲਾਗੇ ਆਏ ਅਤੇ ਅਸੀਂ ਨੱਠ ਕੇ ਅਤੇ ਲੱਤਾਂ ਨੂੰ ਝੰਬੜ ਕੇ ਨਿੱਘੇ ਨਿੱਘੇ ਤਾਂ ਹੁੰਦੇ ਸੀ, ਲੱਭ ਗਏ ਲੱਤਾਂ ਨੂੰ ਝੰਬੜ ਕੇ ਨੱਠ ਕੇ ਆ ਗਏ, ਆ ਕੇ ਅਤੇ ਇਸ ਤਰ੍ਹਾਂ ਹੋਈ। ਅਤੇ ਉਹ ਬੰਦੇ ਸਿਆਣੇ ਜਿਹੜੇ ਨਾ, ਉਹ ਜਿਹੜੇ ਲੱਤਾਂ ਨਹੀਂ ਚੰਬੜੇ ਅਤੇ ਉਹ ਰੋਣ ਡੈ ਪਏ ਹੋਏ। ਅੱਛਾ, ਇਸ ਤਰ੍ਹਾਂ ਤਾਂ ਇਹਦਾ ਲੋਕ ਮੁਹੱਬਤ ਪਿਆਰ ਵੀ ਬੜਾ ਕਰਦੇ ਸੀ, ਸਾਰਾ ਪਿੰਡ ਦੇ ਵਿੱਚ ਸਿੱਖ ਮੁਸਲਮਾਨ ਸਾਰੇ ਸਾਰੇ ਵੀ ਲੱਭਣ ਚੜੇ ਗਏ, ਇਸ ਤਰ੍ਹਾਂ ਪਰਾਤ ਬੰਨ ਲਈ ਅਤੇ ਲੱਭ ਰਹੇ ਸੀ ਤੁਹਾਨੂੰ। ਹਾਂ, ਬਸ ਜ਼ਮਾਨਾ ਚੰਗਾ ਸੀਗਾ, ਮਾੜਾ ਨਹੀਂ ਸੀ। ਉਹ ਤਾਂ ਪਤਾ ਨਹੀਂ ਹੈ ਕਿ ਕੀ ਹੋ ਗਿਆ, ਕੀ ਹੋ ਗਿਆ। ਬੜਾ ਬੜਾ ਅਸੀਂ ਛੋਟੇ ਛੋਟੇ ਸੀ, ਅਸੀਂ ਉਦੋਂ ਉਹਦੇ ਸਾਡੇ ਵਰਗੇ ਤਾਂ ਖੇਡਦੇ ਫਿਰਦੇ ਸੀਗੇ, ਖੇਡਦੇ ਫਿਰਦੇ ਇਕੱਲਾ ਕੁੜਤਾ ਹੀ ਪਾਈਦਾ ਸੀ, ਗਲ ਸਾਫਾ ਵੀ ਨਹੀਂ, ਥੱਲੇ ਸੂਤਣਾ ਸੂਤਣਾ ਬੰਨਣਾ, ਸੂਤਣਾ ਬੰਨਿਆ ਹੋਣਾ ਅਤੇ ਉੱਤੇ ਕੁੜਤਾ ਪਾਇਆ ਹੋਣਾ, ਆਪਣੀਆਂ ਮੌਜ ਮਸਤੀਆਂ। ਬਸ ਗੱਲ ਇਹ ਆ ਨਾ, ਸਾਡੀ ਬੱਚੀ ਵਾਲੀ ਜੀ ਜੀ, ਉਹਦਾ ਤਾਂ ਸਾਨੂੰ ਇਹ ਪੱਕਾ ਯਕੀਨ ਆ ਵੀ ਜੇ ਜਿੰਦੀ ਹੁੰਦੀ ਨਾ, ਤੇ ਉਹ ਜ਼ਰੂਰ ਆਉਂਦੀ, ਭਾਵੇਂ ਕਿਸੇ ਤਰੀਕੇ ਨਾਲ ਆਉਂਦੀ, ਜ਼ਰੂਰ ਰਾਬਤਾ ਤਾਂ ਜ਼ਰੂਰ ਕਰਦੀ। ਹਾਂ, ਰਾਬਤਾ ਤਾਂ ਫਿਰ ਜ਼ਰੂਰ ਕਰਦੀ ਕਰਦੀ, ਕੋਈ ਖਾਤ ਕੋਈ ਕੋਈ ਤਰੀਕਾ ਕੋਈ ਨਹੀਂ, ਮਤਲਬ ਸਾਨੂੰ ਇਹ ਪਤਾ ਵੀ ਉਹ ਮਰ ਗਈ ਹੈ, ਜਿੰਦੀ ਹੁੰਦੀ ਤਾਂ ਲਾਜ਼ਮੀ ਉਹ ਸਾਨੂੰ ਭਾਵੇਂ ਮਿਲਟਰੀ ਦੇ ਜੀ ਜਰੀਏ ਮਿਲਦੀ ਜਾਂ ਕਿਸ ਤਰ੍ਹਾਂ ਵੀ ਮਿਲਦੀ ਨਹੀਂ ਜ਼ਰੂਰ। ਹਾਂ,
अच्छा बुजुर्गो जो लोग फिर शहीद होए उन्होंने फिर उदा ही छड़ आए थे उन्होंने कोई दफनाया उदा ही छड़ के आ गए जी उत्थे किथे दफनाउण दा किथे मौका मिलिया उत्थे उस वेले तो आप अपने लै गए तो कोई गड्डिया च बह गया आ गया ट्रकां च आ गया कोई किते चले गया कदे जिते जिते किसे नूं सहारा लभा उत्थे उत्थे चले गया इस तरह होए। इस तरह दीआं कहानियां आप जी दे रूबरू करन दा मकसद किसी धर्म किसी जात किसी मुल्क के खिलाफ गल करनी नहीं है बल्कि हकीकत दे विच पंजाब दीआं उह सांझां और दोवें पासे होण वालीआं कतलो गारत दे बारे असीं गलबात करदे हां ताकि इन्हां बजुर्गों की गलबात लोगों तक पहुँचे कि जिहड़ी आज़ादी असीं अज मना रहे हैं हकीकत दे विच उस आज़ादी लई किन्नियां कु कुरबानियां सानूं देणियां पईआं और उस तो बाद फिर 73 वरे हो गए कि आ लोग अज भी अपने देशों अपने वतनों नूं तरस देने लेकिन ये बावजूद इन्हों के हक के कोई भी गलबात सामने नहीं आती बल्कि ये ओवज पिछले 73 साल तुम वेखो कि दोवां पंजाबां दे किन्ने क जी इस लकीर के उपर कुरबान हो चुके हैं और किसी पासों भी प्यार की मुहब्बत की गलबात सामने नहीं आती लेकिन पंजाबी लहर हमेशा तो एक कोशिश करते हैं कि दोवां पंजाबां दे विचकार प्यार मुहब्बत अमन की एक सांझ बनाई जाए कोशिश की जाती है कि जो रेलीवेंट अथॉरिटीज़ ने दोवां पासे उन्होंने इन्हां बजुर्गों की गलबात सुनाई जाए आने वाली पीढ़ियां इन्हां बजुर्गों की जिहड़ी कुरबानी है किस तरह इन्हां दी अखां दे सामने इन्हां दे प्यो इन्हां दे चाचे अथा तक कि इन्हां दी पैणां नूं उत्थे शहीद कर दिता गया अज तक पता ही नहीं है कि जिस तरह अज बजुर्ग दस रहे सी कि साडी पैण भी उत्थे जिहड़ी सी ओह साडे को गवाच गई सी उहदा पता ही नहीं कि ओह कित्थे है अज सो कोशिश करी दी है कि दोवां पासे लोगों को यह कहानियां सुनाइया जाण के दोवां पासे कतलोगारत हुई सो सानू तो कदे सो ही नहीं चली सो मिलते हैं किसी होर थां किसी होर बुजुर्ग की कहानी लैके रब रखा जी।